वाहेगुरु जी का खालसा, वाहेगुरु जी की फतेह। साहिब श्री गुरु ग्रंथ साहिब जीयां दी पावन हजूरी विच अंत श्रद्धा सहित शाम के दीवाना में आप जी कर बैठे हो। चंगिया भागां नाल ऐसा समा प्राप्त होंदा है गुरु प्रेम विच सफला बनाइए। इतिहास के पावन प्रसंगा विचों आप जी ने सरल किया, धन धन साहिब श्री गुरु अंगद देव जी महाराज सहज सुभा खडूर साहब तो गोइंदवाल साहब चले रस्ते विच आउंदा गुरु पर घर का प्यारा सिख सिंहा उपर अपने साथ संगियां दे नाल तुरिया आउंदा है। सतगुरां नूं वेख नमस्कार कीती, हैरान हो गया। ग्रीवन राज सतगुरु पुछदे आ सिखा आ सैकड़े बकरे कादे लई करदा। सिख सी सचो सच बयान कीता महाराज, पुत्र दी दस्तार बंदी है, साथ संबंधी ते रिश्तेदार सारे कठे होके शरीका खुशी का जश्न मनाउन लगे है। इस करके इन्हां लोकां ने बकरे मंगवाए आहार भोजन वास्ते। जदों ये सुनिया गुरु अंगद दे पातशाह ने थोड़ी नाराजगी जाहर की ते मुस्कराए। सतगुरु कहिंदे हो प्यारे सिखा, तू भावे मास का सेवन नहीं करता, तू गुरु नानक दे घर की सिखी प्राप्त की है कि जिन्हां लोकां दे वास्ते बेकसूर जीवां दी हत्या कीती जानी है तू उस हत्या विच दस शामिल है या नहीं, तू ये पाप क्यों कीता है, इन्हां दा कसूर की है, खुशी तुहाडे घर दी है, जिंदगी इन्हां दी कुर्बान होनी है। जदों सतगुरां दे वचनां नूं सुनिया भाई सिंहा डर गया भी गल ते सच्ची मैं सोचिया ही भी भावे ये मास रिश्तेदारां दे खाणा है, मैनूं ते सिर्फ इस वास्ते भेजिया भी मंडी विचों सोहणे सोहणे छांटके खरीद के लै आ। पर गुरु साहब कहिंदे तू भी बराबर दा पापी है, धर्मराज की कचहरी विच लेखा तेरे तों भी लिया जाणा है, क्योंकि जिन्हां ने खाधा उन्हां सुख विच चले जाणा है, पर पाप दा बीज ते प्यारिया तू भी जिया है। इन्हां सारे प्रकरणां नूं आप जी ने विस्थार सहित सरवण कीता है। आओ मन व्यक्तियां नूं एकाग्र करिए, प्रेम दी पाओ सांझ, बख्शो आसीस, गज वज के आखो जी सतनाम श्री वाहिगुरु साहिब जी, सतनाम श्री वाहिगुरु साहिब जी। जिनके त्याग कर्म कमाए जिन्हां
ਵਾਸਤੇ ਤੂੰ ਪਾਪ ਕਮਾਉਣਾ ਸੋਚ ਕੇ ਦੱਸ ਇਹ ਧਰਮ ਰਾਜ ਕੋਲ ਨਾਲ ਖੜਨਗੇ। ਕਹਿੰਦਾ ਨਹੀਂ। ਸਤਿਗੁਰੂ ਕਹਿੰਦੇ ਪਾਪ ਦੀ ਉਪਜ ਤੂੰ ਕੀਤੀ ਹੈ, ਵੰਡਣ ਵਾਲਾ ਵੀ ਪਾਪੀ ਹੈ, ਮਾਸ ਖਾਣ ਵਾਲਾ ਵੀ ਪਾਪੀ ਹੈ, ਪਰ ਤੂੰ ਨਾ ਖਾਧਾ ਨਾ ਵੱਢਿਆ, ਜੇ ਤੂੰ ਲੈ ਕੇ ਆਇਆ ਤੇ ਵੱਢਿਆ ਵੀ ਤਾਂ ਜਾਣਾ, ਤੂੰ ਕਿਉਂ ਪਾਪਾਂ ਦਾ ਭਾਗੀਦਾਰ ਬਣਿਆ ਫਿਰਦਾ? ਧਰਮ ਰਾਜ ਨੇ ਜਦੋਂ ਤੇਰੇ ਤੂੰ ਲੇਖਾ ਮੰਗਣਾ ਕੀ ਜਵਾਬ ਦੇਂਦਾ? ਇਹ ਤੇ ਤੇਰਾ ਕਰਮ ਆ, ਬੀਜ ਤੇਰਾ ਬੀਜਿਆ ਹੋਇਆ, ਵੱਢਣਾ ਵੀ ਤੈਨੂੰ ਪੈਣਾ। ਇਹ ਤਾਂ ਹੈ ਨਹੀਂ ਵੀ ਸੁੱਖ ਤੇਰੇ ਘਰ ਦਾ ਸੀ ਤੇ ਦੁੱਖ ਲੋਕਾਂ ਨੂੰ ਮਿਲ ਜੇ, ਜੇ ਖੁਸ਼ੀ ਚ ਸ਼ਰੀਕ ਤੂੰ ਹੋਇਆ, ਖੁਸ਼ੀ ਚ ਵਡਿਆਈ ਤੇਰੀ ਹੋਈ ਹੈ ਤੇ ਦੁੱਖ ਵੀ ਤੇ ਤੇਰੀ ਝੋਲੀ ਪੈਣਾ। ਅੱਜ ਵੀ ਬਹੁਤ ਲੋਕ ਧਰਮ ਦੀਆਂ ਗੱਲਾਂ ਕਰਨ ਵਾਲਿਆਂ ਦਾ ਧਰਮ ਪਰਖਿਆ ਜਾਂਦਾ ਜਦੋਂ ਔਲਾਦਾਂ ਦਾ ਵਿਆਹ ਹੁੰਦਾ, ਉੱਥੇ ਪਰਖੀ ਜਾਂਦੀ ਸਿੱਖੀ ਵੀ ਸ਼ਰਾਬ ਕਿੰਨੀ ਕੁ ਚੱਲਦੀ ਹੈ ਤੇ ਮਾਸ ਕਿੰਨਾ ਕੁ ਚੱਲਦਾ। ਜਿਹਨਾਂ ਜੀਵਾਂ ਦਾ ਮਾਸ ਬੰਦਾ ਤਲ ਤਲ ਕੇ ਖਾਂਦਾ, ਉਬਾਲ ਉਬਾਲ ਕੇ ਖਾਂਦਾ, ਤੇ ਫਿਰ ਇੱਕ ਦਿਨ ਹਾਲਤ ਤੇ ਹੋਣੀ ਆ, ਇੱਥੇ ਵੀ ਉਬਲਦਾ ਹੀ ਫਿਰਦਾ, ਤੇ ਜਦ ਵਾਰੀ ਆਉਣੀ ਹੈ ਫਿਰ ਤੇਰਾ ਮਾਸ ਵੀ ਕੱਟਿਆ ਵੱਢਿਆ ਜਾਣਾ, ਤੈਨੂੰ ਵੀ ਕਿਸੇ ਨੇ ਉਬਾਲ ਕੇ ਤਲ ਤਲ ਕੇ ਖਾਣਾ। ਜਿਹਨੂੰ ਬਾਣੀ ਨੇ ਲਿਖਿਆ, ਦੰਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ, ਕਿਸੇ ਹੋਰ ਨੂੰ ਦੋਸ਼ ਦਿੱਤਿਆਂ ਕੁਝ ਨਹੀਂ ਹੋਣਾ, ਜੋ ਤੂੰ ਕਰਨਾ ਹੈ ਮਨਾ ਤੂੰ ਭੋਗਣਾ। ਸਾਨੂੰ ਕਹਿੰਦੇ ਧਰਮ ਰਾਜ ਕਿਸੇ ਨਾਲ ਲਿਹਾਜ਼ ਨਹੀਂ ਕਰਨਾ, ਭਾਵੇਂ ਕੋਈ ਸਿੱਖ ਹੋਵੇ, ਹਿੰਦੂ ਹੋਵੇ, ਮੁਸਲਮਾਨ ਹੋਵੇ, ਉਹਨੇ ਕਰਮਾਂ ਦਾ ਲੇਖਾ ਕਰਨਾ, ਤੇ ਗੁਰੂ ਵੀ ਕਦੇ ਪਾਪ ਕਰਨ ਵਾਲਿਆਂ ਦੇ ਹੱਕ 'ਚ ਨਹੀਂ ਖੜਦੇ। ਸਤਿਗੁਰਾਂ ਦੇ ਸਪਸ਼ਟ ਲਿਖ ਦਿੱਤਾ, ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥੈ ਮਾਰਾਣੀਆਂ ਤਿਉਂ ਮੱਥੈ ਧਰਮ ਰਾਏ। ਜਿਵੇਂ ਦਹੀਂ ਨੂੰ ਰਿੜਕਿਆ ਜਾਂਦਾ ਨਾ, ਮੱਥਣਾ ਮਤਲਬ ਰਿੜਕਣਾ, ਰਿੜਕ ਰਿੜਕ ਕੇ ਮੱਖਣ ਅਲੱਗ ਤੇ ਲੱਸੀ ਅਲੱਗ ਹੁੰਦੀ ਹੈ। ਸਤਿਗੁਰੂ ਕਹਿੰਦੇ ਧਰਮ ਰਾਜ ਨੇ ਤੈਨੂੰ ਏਦਾਂ ਰਿੜਕਣਾ, ਤੈਨੂੰ ਐਸੀ ਸ਼ਾਸਨਾ ਐਸੀ ਸਜ਼ਾ ਦੇਣੀ ਹੈ, ਜਿਸ ਸਜ਼ਾ ਦੇ ਵਿੱਚ ਪਾਪ ਇੱਕ ਪਾਸੇ, ਪੁੰਨ ਇੱਕ ਪਾਸੇ, ਜਿਹਨਾਂ ਲਈ ਪਾਪ ਕੀਤੇ ਉਹ ਨਹੀਂ ਖੜਨਗੇ ਪਰ ਭੁਗਤਣੇ ਪੈਂਦੇ ਆ, ਤੈਨੂੰ ਹੀ ਪੈਂਦੇ ਆ। ਗੁਰੂ ਅੰਗਦ ਦੇ ਪਾਤਸ਼ਾਹ ਦੇ ਬਚਨਾਂ ਨੂੰ ਸੁਣ ਕੇ ਸਿੱਖ ਕੰਬਣ ਲੱਗ ਪਿਆ ਵੀ ਭਾਵੇਂ ਮੈਂ ਇਹ ਗੁਨਾਹ ਨਹੀਂ ਕੀਤਾ ਪਰ ਮੇਰੇ ਸਿਰ ਹੈ, ਅੱਜ ਵੀ ਸਮਾਜ ਕਰਸ ਹੈ। ਕਹਿੰਦੇ ਜੀ ਜਵਾਈ ਭਾਈ ਆਇਆ ਸੀ, ਸ਼ਰਾਬ ਪਿਲਾਉਣੀ ਪੈਣੀ ਸੀ, ਆਪਾਂ ਤੇ ਹੱਥ ਨਹੀਂ ਲਾਈਦਾ, ਵੈਜੀਟੇਰੀਅਨ ਆ ਪਿਓਰ, ਪਰ ਚਲੋ ਵੀ ਜਦੋਂ ਕੋਈ ਆਇਆ ਹੁੰਦਾ ਫਿਰ ਲਿਆ ਕੇ ਦੁਆ ਗੁਰੂ ਦੇਈਦਾ। ਸਿੱਖੀ ਤੇ ਇੱਥੇ ਖੜੀ ਹੈ। ਜਿਸ ਬੰਦੇ ਨੂੰ ਇਹ ਲੱਗਦਾ ਵੀ ਮੇਰਾ ਜਵਾਈ ਮਾਸ ਸ਼ਰਾਬ ਬਿਨਾਂ ਰਹਿ ਨਹੀਂ ਸਕਦਾ, 250 ਦੀ ਬੋਤਲ ਤੇ ਮਰਨ ਵਾਲੇ ਤੋਂ ਤੁਸੀਂ ਕੀ ਸੁੱਖ ਭਾਲਦੇ ਵੀ ਧੀ ਨੂੰ ਸੁਖੀ ਰੱਖ ਲਓ। ਜਿਹੜਾ ਬੰਦਾ ਮੁਰਗਿਆਂ ਦੀ ਤੁਲਿਆ ਹੋਇਆ, ਜਿਹਨੂੰ ਸਿਰਫ ਖਾਣ ਤੱਕ ਹੀ ਮਤਲਬ ਹੈ, ਉਹ ਤੁਹਾਡਾ ਕਦ ਬਣਿਆ? ਇਹੀ ਤੇ ਬਚਨ ਸਤਿਗੁਰੂ ਸਮਝਾਉਂਦੇ ਆ। ਕਹਿੰਦੇ ਪੁੱਤਰ ਤੇਰੇ ਦਾ ਦਸਾਲ ਬੰਦੀ ਕਰਨਾ, ਸੋਹਣੇ ਕੇਸ ਰੱਖੇ ਆ ਉਹਨੇ, ਸ਼ਰੀਕੇ ਨੇ ਕੱਠਿਆ ਹੋਣਾ, ਪਰ ਇਹਦੇ ਵਿੱਚ ਤੇ ਹਾਲ ਉਹ ਕਰਤਾ ਨਾ ਜੋ ਗੁਰੂ ਨਾਨਕ ਸਾਹਿਬ ਨੇ ਧਰਕਾਰਿਆ ਸੀ ਵੀ ਕੋਹੇ ਬੱਕਰਾ ਰਿੰਨ ਖਾਇਆ ਸਭ ਕੋ ਅੱਖਾਂ ਪਾਈ, ਵੀ ਇੱਕ ਚਾਰ ਕੌਡੀਆਂ ਦਾ ਜਨੇਊ ਗਲ ਵਿੱਚ ਪਾਇਆ ਤੇ ਹਜ਼ਾਰਾਂ ਦੇ ਬੱਕਰੇ ਵੱਢ ਕੇ ਪਾਪ ਕਮਾਇਆ, ਤੇ ਜਿਹੜੇ ਉਹ ਬੱਕਰੇ ਵੱਢੇ ਉਹਨਾਂ ਦੇ ਵੀ ਤੇ ਜੀਵ ਨੇ, ਪਰਿਵਾਰ ਨੇ, ਦੁਨੀਆਂ ਤੇ ਹਰ ਪੰਛੀ ਪਕਸ਼ੀ ਦਾ ਪਰਿਵਾਰ ਨੇ। ਇੱਕ ਲੋਕ ਉਹ ਨੇ ਜਿਹੜੇ ਜੀਵ ਜੰਤੂਆਂ ਦੀ ਸੇਵਾ ਕਰਦੇ ਫਿਰਦੇ ਆ, ਕੋਈ ਸੜਕ ਤੇ ਵੀ ਕੁੱਤਾ ਡਿੱਗਾ ਉਹਨੂੰ ਵੀ ਚੁੱਕਦੇ ਆ, ਮੱਧਮ ਕੱਟੀ ਕਰਦੇ ਆ, ਤੇ ਇੱਕ ਉਹ ਰਾਖਸ਼ ਲੋਕ ਨੇ ਜਿਹੜੇ ਇਹਨਾਂ ਦੇ ਮਾਸ ਨਾਲ ਢਿੱਡ ਭਰਦੇ ਆ। ਇੱਕ ਲੋਕ ਪੰਛੀਆਂ ਨੂੰ ਪਾਲਦੇ ਆ, ਇੱਕ ਸ਼ਿਕਾਰ ਬਣਾ ਕੇ ਖਾਂਦੇ ਆ। ਗੁਰਬਾਣੀ ਨੇ ਸਪਸ਼ਟ ਸਾਰੀਆਂ ਗੱਲਾਂ ਲਿਖੀਆਂ ਹੋਈਆਂ, ਅਸੰਖ ਗੱਲ ਵੰਡ ਹੱਤਿਆ ਕਮਾਏ, ਹੱਤਿਆ ਕਰਨ ਵਾਲਾ ਪਾਪ ਕਰਨ ਵਾਲਾ ਦੁਨੀਆਂ ਦੀ ਨਜ਼ਰ 'ਚ ਧਰਮੀ ਹੋ ਸਕਦਾ ਹੈ, ਪਰ ਧਰਮ ਰਾਜ ਦੇ ਸਾਹਮਣੇ ਆ ਪੈਰਾਮੀਟਰ ਨਹੀਂ ਚੱਲਣੇ ਜੀ ਮੈਂ ਸਿੱਖ ਸੀ ਜੀ ਮੈਂ ਤਾਂ ਕਰਤਾ ਸੀ ਜੀ ਮੇਰਾ ਕਸੂਰ ਨਹੀਂ ਮੈਂ ਖਾਧਾ। ਸਾਨੂੰ ਸੱਚੇ ਪਾਤਸ਼ਾਹ ਕਹਿੰਦੇ ਉਹਨੇ ਮੱਥਣਾ ਨਹੀਂ ਦੂ। ਧਰਮ ਰਾਜ ਕਿਸੇ ਦੀ ਲਿਹਾਜ਼ ਨਹੀਂ ਕਰਦਾ। ਸੁੱਖ ਭੋਗੇਂਗੇ ਸਗਰੇ ਲੋਕ,
ਅਪਦਾ ਪਰਣ ਤੋਏ ਬੜ ਸ਼ੋਕ। ਪਿਆਰਿਆ ਤੇਰੇ ਤੇ ਵਿਪਤਾ ਪੈਣੀ, ਖਾ ਪੀ ਕੇ ਲੋਕਾਂ ਨੇ ਚਲੇ ਜਾਣਾ, ਲੋਕ ਖੁਸ਼ੀ ਮਨਾਉਣਗੇ, ਬੇਸ਼ੱਕ ਭੁਗਤਣਾ ਉਹਨਾਂ ਨੂੰ ਵੀ ਪੈਣਾ। ਮਾਸ ਖਾਣ ਗਲ ਵੱਢ ਕੇ ਹਾਲਤ ਨਾੜਾ ਗਾਉਣ, ਭਾਈ ਗੁਰਦਾਸ ਲਿਖਦੇ ਆ ਕਹਿੰਦੇ ਪਰਾਇਆ ਮਾਸ ਖਾਣ ਵਾਲਿਆ ਗਲ ਵੱਢ ਵੱਢ ਕੇ ਖਾਈ ਜਾਂਦਾ, ਤੇਰਾ ਹਾਲ ਕੀ ਹੋਊ। ਆਖਰ ਜਿਹਦਾ ਸਰੀਰ ਤੂੰ ਖਾ ਰਿਹਾ ਹੈ ਤੇ ਡੈਡ ਬੋਡੀ ਆ, ਮੱਛੀ ਹੋਵੇ, ਮੁਰਗਾ ਹੋਵੇ, ਪੱਤਰਾ ਹੋਵੇ, ਭਾਵੇਂ ਮਨੁੱਖ ਦਾ ਸਰੀਰ ਹੋਵੇ, ਜਦ ਜਿੱਤ ਜਾਨ ਨਿਕਲ ਜਾਂਦੀ ਇੱਕ ਲਾਸ਼ ਹੈ, ਉਹਨੂੰ ਭਾਵੇਂ ਫਰਿੱਜ 'ਚ ਰੱਖ ਲਓ, ਭਾਵੇਂ ਤਲ ਲਓ, ਭਾਵੇਂ ਉਬਾਲ ਲਓ, ਉਹ ਹੈ ਕੀ ਹੈ? ਇਨਫੈਕਸ਼ਨ ਦਾ। ਕਦੇ ਚੈੱਕ ਕਰਕੇ ਵੇਖ ਲਓ ਲੈਬ ਦੇ ਵਿੱਚ ਉਹ ਕੀ ਕੁਛ ਹੈ। ਦੁਨੀਆ ਭਰ ਦੀ ਗੰਦਗੀ ਅੱਜ ਇਸੇ ਕਰਕੇ, ਖਾਸ ਕਰਕੇ ਹਾਰਟ ਸਪੈਸ਼ਲਿਸਟ ਉਹ ਇਹੀ ਕਹਿੰਦੇ ਆ ਭਾਈ ਜੀ ਜ਼ਿੰਦਗੀ ਬਚਾਉਣੀ ਆ ਨਾ ਮਾਸ ਮੱਛੀ ਦਾ ਸੇਵਨ ਛੱਡ ਦੇ, ਸ਼ਰਾਬ ਛੱਡ ਦੇ। ਜਿਹੜੀਆਂ ਗੱਲਾਂ ਗੁਰਮਤ ਨੇ ਵਰਜੀਆਂ ਅੱਜ ਦਾ ਵਿਗਿਆਨ ਉਹ ਮੈਡੀਕਲ ਸਾਇੰਸ ਉਹ ਕਰੀ ਹੈ, ਉਹ ਅਲੱਗ ਗੱਲ ਆ ਜੀ। ਕੋਈ ਧਰਮ ਦੇ ਨਾਂ 'ਤੇ ਆਪਣੀ ਜੀਭ ਦਾ ਚਸਕਾ ਚੱਕੀ ਫਿਰਿਆ ਅਤੇ ਸਾਡੀ ਕੌਮ ਵੀ ਅਤੇ ਬਾਕੀ ਧਰਮਾਂ 'ਚ ਫਰਕ ਕੀ ਹੈ? ਖਾਣ ਪੀਣ ਪਿੱਛੇ ਲੜੀ ਜਾਂਦੇ ਆ। ਕਦੇ ਕੋਈ ਭਗਤੀ ਪਿੱਛੇ ਲੜਦਾ ਵੇਖਿਆ ਜੀ? ਮੈਂ 4 ਘੰਟੇ ਤਪ ਕਰਨਾ, ਮੈਂ 8 ਘੰਟੇ ਸਿਮਰਨ ਕਰਨਾ, ਨਾ ਇੱਕ ਕਹਿੰਦਾ ਭੁੱਖਾ ਖਾਣਾ ਚਾਹੀਦਾ, ਦੂਜਾ ਕਹਿੰਦਾ ਖਾਣਾ ਨਹੀਂ ਚਾਹੀਦਾ, ਉਦੋਂ ਦੋਵੇਂ ਫਸੇ ਹੋਏ, ਇੱਕ ਕਹਿੰਦਾ ਖਾ ਲਾਂਗੇ, ਇੱਕ ਕਹਿੰਦਾ ਨਹੀਂ ਨਹੀਂ ਗੁਰੂ ਨੂੰ ਭੋਗ ਲਾ ਲਾਂਗੇ। ਵਿਅਕਤੀ ਫਿਰ ਉਹੀ ਮਾਸਾਹਾਰੀਆਂ ਬਣ ਗਈਆਂ। ਗੁਰੂ ਅੰਗਦ ਦੇ ਪਾਤਸ਼ਾਹ ਨੇ ਵਰਜਿਆ, ਸਿੱਖਾ ਇਹ ਪਾਪ ਹੁਣ ਤੇਰੇ ਹੱਥ ਹੈ, ਕਰਨਾ ਜਾਂ ਕੌਣ ਕਰਨਾ। ਕੰਬ ਗਿਆ ਗੁਰੂ ਕਾ ਸਿੱਖ, ਭਾਵੇਂ ਬੰਦਗੀ ਕਿੰਨੀ ਵੀ ਹੋਵੇ, ਵੇਖੋ ਪਾਪ ਆ ਨਾ ਜਿਹੜਾ ਕਲਯੁਗ ਦੇ ਸਮੇਂ ਕੀਤਾ ਹੋਇਆ, ਉਹ ਕਈ ਵਾਰ ਬੰਦੇ ਦੀ ਕੀਤੀ ਤਪੱਸਿਆ ਨੂੰ ਵੀ ਫਨਾਹ ਕਰ ਦਿੰਦਾ। ਤੁਸੀਂ ਜਿੰਨੀ ਮਰਜ਼ੀ ਬੰਦਗੀ, ਜਿੰਨਾ ਮਰਜ਼ੀ ਤਪ ਕੀਤਾ ਹੋਵੇ, ਤੇ ਜਿੱਦਣ ਜੀਵ ਹੱਤਿਆ ਕਰਤੀ ਤੁਹਾਡੇ ਕੋਲ ਰਹਿ ਕੀ ਗਿਆ? ਸਤਿਗੁਰ ਤੇ ਬਾਣੀ ਵਿੱਚ ਕਹਿੰਦੀ ਆ ਜੀ ਦਇਆ ਪ੍ਰਵਾਨ, ਆਸਾ ਜੀ ਦੀ ਵਾਰ ਪੜ੍ਹਦੇ ਹੋ, ਦਇਆ ਕਪਾ ਸੰਤੋਖ ਸੂ ਜਤ ਗੰਢੀ ਸਤ ਵਰਤ। ਮਤਲਬ ਕਹਿੰਦੇ ਪਹਿਲਾਂ ਦਇਆ ਰੱਖ ਜੀਵਨ ਦੇ ਵਿੱਚ, ਜੇ ਤੇਰੇ ਵਿੱਚ ਦਇਆ ਹੀ ਨਹੀਂ ਤੇ ਤੂੰ ਰੱਬ ਦਾ ਬੰਦਾ ਹੀ ਨਹੀਂ, ਰੱਬ ਨੇ ਤੇ ਕਿਸੇ ਨੂੰ ਮਾਰਿਆ ਹੀ ਨਹੀਂ, ਉਹਨੇ ਸਭ ਨੂੰ ਜਨਮ ਦਿੱਤਾ ਤੇ ਸਮੇਂ ਨਾਲ ਸਭ ਨੂੰ ਚੁੱਕਿਆ, ਕਦੇ ਕਿਸੇ ਦਾ ਨੁਕਸਾਨ ਨਹੀਂ ਕੀਤਾ, ਉਹ ਭਲੇ ਕਰਦਾ ਸਰ, ਪਰ ਉਹਦਾ ਬਣਾਇਆ ਹੋਇਆ ਬੰਦਾ ਜੀਵਾਂ ਦਾ ਘਾਤ ਕਰਕੇ ਉਹਨੂੰ ਖੁਸ਼ ਕਰਨ ਨੂੰ ਫਿਰਦਾ। ਸਤਿਗੁਰੂ ਕਹਿੰਦੇ ਭਾਈ ਸਿਆ ਤਾਂ ਸਿਆਣਾ ਹੈ, ਆਹ ਤੇ ਕਮਲੇ ਤੁਰੇ ਫਿਰਦੇ ਆ, ਇਹਨਾਂ ਨੇ ਆਪਣੇ ਦੁੱਖ ਭੁਗਤ ਲੈਣੇ ਆ, ਪਰ ਇਹਨਾਂ ਨੂੰ ਸੁੱਖ ਦੇਣ ਵਾਲਿਆ ਇਹਨਾਂ ਦਾ ਪਾਪ ਵੀ ਤੇਰੇ ਸਿਰ ਪੈਣਾ ਹੈ, ਜੇ ਭੁਗਤਣਾ ਹੈ ਤਾਂ ਮਰਜ਼ੀ ਤੇਰੀ ਹੈ। ਧਰਮ ਰਾਏ ਜਬ ਕਰ ਹੈ ਲਿਖਾ, ਲਹੇ ਮਹਾ ਦੁੱਖ ਰਹੇ ਨਾ ਸਿੱਖਾ। ਗੁਰੂ ਪਾਤਸ਼ਾਹ ਕਹਿੰਦੇ ਜਿੱਦਣ ਧਰਮ ਰਾਜ ਨੇ ਤੇਰੇ ਤੋਂ ਲੇਖਾ ਮੰਗਣਾ, ਖੜਨਾ ਅਸੀਂ ਵੀ ਉੱਥੇ ਨਹੀਂ ਆਖੋ ਸਤਨਾਮ। ਗੁਰਬਾਣੀ ਨੇ ਲਿਖਿਆ ਪਾਪ ਕਮਾਵਦਿਆ ਤੇਰਾ ਕੋਈ ਨਾ ਬੇਲੀ ਰਾਮ। ਸਤਿਗੁਰੂ ਕਹਿੰਦੇ ਪਾਪੀ ਪਾਪ ਕਮਾਉਣ ਵਾਲਿਆ ਤੇਰਾ ਕੋਈ ਬੇਲੀ ਯਾਰ ਨਹੀਂ, ਉੱਥੇ ਸੱਜਣ ਨਹੀਂ ਤੇਰਾ ਕੋਈ। ਇੱਥੇ ਤੇ ਸਾਡੇ 100 ਹਮਦਰਦ ਨੇ, ਕੋਈ ਸਾਡੇ ਨਾਲ ਧੱਕਾ ਵੀ ਕਰਦਾ, ਆਪਾਂ ਵੀ ਗਲਤ ਹੋਈਏ, 4 ਬੰਦੇ ਲੈ ਕੇ ਦਾਬਾ ਮਾਰ ਲਈ ਤਾਂ ਚੰਗੇ ਵੀ ਬਣ ਜਾਂਗੇ, ਚੋਰੀ ਕਰਕੇ ਚੰਗੇ ਬਣ ਜਾਂਗੇ, ਠੱਗੀ ਕਰਕੇ ਚੰਗੇ ਬਣ ਜਾਂਗੇ, ਚੁਗਲੀ ਕਰਕੇ ਚੰਗੇ ਬਣ ਜਾਂਗੇ, ਬੇਈਮਾਨਾ ਕਰਕੇ ਚੰਗੇ ਬਣ ਜਾਂਗੇ, ਅਪਰਾਧ ਕਰਕੇ ਚੰਗੇ ਬਣ ਜਾਂਗੇ, ਉਹੀ ਤਾਂ ਰਾਜ ਕਿੱਥੇ ਬਣਾਂਗੇ? ਉੱਥੇ ਤੇ ਕਰਮਾਂ ਨੇ ਬੋਲਣਾ ਨਾ, ਇੱਕ ਪਾਸੇ ਚੰਗੇ ਇੱਕ ਪਾਸੇ ਬੁਰੇ ਸਭ ਸਾਹਮਣੇ ਪਏ ਆ, ਦਰਗਾਹ ਨਹੀਂ ਬੋਲਣ ਦਿੰਦੀ, ਉੱਥੇ ਕਰਮ ਬੋਲਦੇ, ਕਰਮਾਂ ਦਾ ਲੇਖਾ। ਬਾਅਦ ਕਹਿੰਦੇ ਇੱਥੇ ਤੇਰਾ ਕੋਈ ਬੇਲੀ ਨਹੀਂ ਹੋਣਾ, ਕੋਈ ਸਾਥੀ ਨਹੀਂ ਹੋਣਾ, ਕੋਈ ਸੱਜਣ ਨਹੀਂ ਹੋਣਾ, ਕਿਸੇ ਨੇ ਸਿਫਾਰਿਸ਼ ਨਹੀਂ ਕਰਨੀ, ਪਾਪ ਦੇ ਕਰਮ ਵਿੱਚ ਰੱਬ ਵੀ ਨਹੀਂ ਖੜਦਾ। ਆਖੋ ਸਤਨਾਮ। ਜਿਹਨੇ ਜਿਹਨੇ ਅਪਰਾਧ ਕੀਤਾ ਨਾ ਉਹਨੇ ਆਪ ਹੀ ਭੁਗਤੇ ਆ, ਗੁਰੂ ਸਿਫਾਰਿਸ਼ ਨਹੀਂ ਕਰਦੇ ਅਪਰਾਧਾਂ ਦੀ, ਗੁਰੂ ਪਾਪ ਦੀ ਸਪੋਰਟ ਨਹੀਂ ਕਰਦੇ। ਸਾਰੀ ਬਾਣੀ ਤੇ ਸਤਿਗੁਰਾਂ ਨੇ ਇਸੇ ਲਈ ਦੱਸੀ ਹੋਈ ਹੈ ਵੀ ਪਿਆਰਿਆ ਆਹ ਬੁਰਾ ਕੰਮ ਨਾ ਕਰੀ, ਆਹ ਚੰਗਾ ਕਰੀ, ਜੀਵਾਂ ਤੇ ਦਇਆ ਕਰੀ, ਮਨੁੱਖਤਾ ਦੀ ਸੇਵਾ ਕਰੀ, ਕਿਤੇ ਕੋਈ ਪਾਪ ਦਾ ਕਰਮ ਨਾ ਜ਼ਿੰਦਗੀ ਵਿੱਚ ਕਰ ਲਈ, ਕਿਸੇ ਦਾ ਦਿਲ ਨਾ ਦੁਖਾ ਲਈ, ਤੇ ਜੋ ਗੁਰੂ ਨੇ ਕਿਹਾ ਉਹੀ ਕੁਛ ਕਰਕੇ ਤੇ ਬੰਦਾ ਕਹੇ ਮੈਨੂੰ ਰੱਬ ਬਖਸ਼ ਨੂੰ ਕਦੇ ਨਹੀਂ ਬਖਸ਼ਦਾ। ਖੇਡ ਨਹੀਂ ਹੈ ਰੱਬ ਕੋਈ ਵੀ ਮਸ਼ੀਨ ਵਾਲਾ ਸੁੱਚ ਦੱਬਿਆ ਤੇ ਚੰਗੇ ਬਣ ਗਏ ਤੇ ਸੁੱਚ ਦੱਬਿਆ ਦੁਸ਼ਾ ਲਿਆ, ਨਹੀਂ। ਸਤਿਗੁਰੂ ਕਹਿੰਦੇ ਵੇਖ ਭਾਈ ਧਰਮ ਰਾਜ ਕਿਸੇ ਦੀ ਸਿਫਾਰਿਸ਼ ਨਹੀਂ ਸੁਣਦਾ, ਜਦੋਂ ਜਾਣ ਬੁੱਝ ਕੇ ਅਪਰਾਧ ਕੀਤੇ, ਜਾਣ ਕੇ ਸਭ ਕੁਛ ਪਤਾ ਹੋਣ ਦੇ ਬਾਵਜੂਦ ਗੁਰੂ ਅੰਗਦ ਦੇ ਪਾਤਸ਼ਾਹ ਕਹਿੰਦੇ ਅਸੀਂ ਵੀ ਹਾਮੀ ਯੋਗਾਂਗੇ ਦਰਗਾਹ ਦੇ ਵਿੱਚ, ਭਾਈ ਸਿੰਘ ਆ ਅਸੀਂ ਵੀ ਖੜਨਾ ਨਹੀਂ।
सुन सीहे पे तार वडेरे कहो करूं जैसे आयस तेरे। भाई सीहे ने सुनिया डर गया, एक पासे ख्याल सी भी इन्ने महंगे बकरे आए रिश्तेदार नाराज हो जाएंगे, फिर उन्हें सोचिया भी रिश्तेदारां दा ते काम सरजू, जे गुरु रुस गया ते नहीं मनना सतनाम, जे मेरा रब ही रुस गया मैं दुनिया तो की लैना। हाथ जोड़ के कहिंदा सच्चे पातशाह आप जी दे वचन सुन के सोझी हो गई, मेरा मन डर गया है, मैनू इस पाप तो बचा लो। गुरु बचाउंदे आ, गुरु पाप करन नहीं कहिंदे, सतगुरु पाप करन तो बचाउंदे ने। वी प्यारिया आ कर्म बुरा ना करी, आ कर्म चंगा तू कर सकदा, गुरबाणी सारी ही ऐसे नहीं है, पर असी सिर्फ गुरबाणी नूं पढ़ लिया सुना लिया बट ठीक है जी, जीवन च ते लागू सी कर ही नहीं रहे, ते उदों तक गल नहीं बणनी जदों तक गुरबाणी जीवन विच नहीं आउंदी। जिस दे जीवन विच धुर की बाणी दा वासा हो गया ਉਹ ਸਿੱਖ ਉਸ ਮਨੁੱਖ ਨੂੰ ਤੁਸੀਂ ਰੱਬ ਵੀ ਕਹਿ ਲਓ ਤੇ ਕੋਈ ਫਰਕ ਨਹੀਂ ਲੱਗਦਾ। ਆਖੋ ਸਤਨਾਮ ਐਡੀ ਮਹਾਨ ਹੈ ਗੁਰਬਾਣੀ। ਸਤਿਗੁਰਾਂ ਦੇ ਚਰਨ ਫੜ ਕੇ ਭਾਈ ਸੀਹਾਂ ਕਹਿੰਦਾ ਮਹਾਰਾਜ ਆਹ ਜਿਹੜਾ ਮੈਂ ਪਾਪ ਕਰ ਲਿਆ ਜੀ ਖਰੀਦ ਕੇ ਲਾਇਆ ਆ ਇਹਦਾ ਕੀ ਕਰਨਾ, ਤੁਸੀਂ ਬਚਾ ਸਕਦੇ। ਸੱਚੀ ਗੱਲ ਹੈ ਗੁਰੂ ਬਿਨਾਂ ਕੋਈ ਦੂਜਾ ਰਾਹ ਨਹੀਂ ਕਿਹਾ ਲੱਗਦਾ, ਜੇ ਕੋਈ ਪਾਪ ਦਾ ਕਰਮ ਕਰਦਾ ਗੁਰੂ ਤਾਂ ਵੀ ਖੜ ਜਾਂਦੇ ਬਸ ਕਿ ਤੂੰ ਅੱਗੇ ਨਾ ਕਰੀ। ਬਹੁਤ ਭਾਈ ਸਿੰਘਾਂ ਚਰਨ ਫੜ ਕੇ ਸਤਿਗੁਰਾਂ ਦੇ ਅੱਖਾਂ ਚੋਂ ਅਥਰੂ ਸੁੱਟਦਾ ਏ, ਗੁਰ ਕਹਾਂ ਕਰੋ ਉਪਚਾਰ ਜਿਸ ਤੇ ਹੋਏ ਨਾ ਜੀਵ ਸੰਘਾਰ। ਬਾਦਸ਼ਾਹ ਕੋਈ ਐਸਾ ਕਾਰਨ ਦੱਸੋ ਵੀ ਇਹ ਜੀਵ ਹੱਤਿਆ ਵੱਜਦੇ, ਜਿਹਨੂੰ ਆਪਾਂ ਕਹਿੰਦੇ ਹਾਂ ਅਲਟਰਨੇਟ ਕੀ ਹੈ ਇਹਦਾ, ਵੀ ਇਹ ਕਾਰਜ ਵੀ ਰਾਸ ਹੋਵੇ। ਇਹ ਨਹੀਂ ਕਿਹਾ ਉਹਨੇ ਵੀ ਰਿਸ਼ਤੇਦਾਰ ਖੁਸ਼ ਹੋ ਜਾਣਾ, ਉਹ ਤੀ ਸਾਰੀ ਜ਼ਿੰਦਗੀ ਉੱਤੇ ਖੁਸ਼ ਤੇ ਬੰਦੇ ਆ ਜਿਨ੍ਹਾਂ ਦੇ ਜੰਮੇ ਆ ਉਹ ਨਹੀਂ ਤੈਥੋਂ, ਜਿਨ੍ਹਾਂ ਨੂੰ ਤੂੰ ਜੰਮੇ ਆ ਉਹ ਤੈਥੋਂ ਕੁਛ ਨਹੀਂ। ਖੁਸ਼ ਖਸ਼ ਵਾਲਾ ਤੇ ਚੱਕਰਾ ਛੱਡ ਦੇ, ਖੁਸ਼ ਹੋਣਾ ਤੇ ਆਪਣੇ ਆਪ ਨੂੰ ਰੱਖਿਆ ਕਰ, ਆਪ ਅਸੀਂ ਰੋਂਦੇ ਫਿਰਦੇ ਹਾਂ ਲੋਕਾਂ ਨੂੰ ਖੁਸ਼ ਕਰਦੇ ਫਿਰਦੇ ਹਾਂ। ਗੁਰੂ ਦਾ ਸਿੱਖ ਆਪਣੇ ਜੀਵਨ ਨੂੰ ਖੁਸ਼ ਰੱਖਦਾ ਹੈ, ਆਪਣੇ ਜੀਵਨ ਨੂੰ ਸੁਖੀ ਰੱਖਦਾ ਹੈ ਤੇ ਉਹਦਾ ਸੁੱਖ ਸਾਰਿਆਂ ਦਾ ਸੁੱਖ ਹੈ, ਕੋਈ ਗੱਲ ਨਹੀਂ। ਮਹਾਰਾਜ ਇਹ ਪਾਪ ਤੋਂ ਮੈਂ ਨਿਰਪਾਪ ਹੋ ਸਕਦਾ, ਇਹ ਬੱਕਰੇ ਮਾਰੇ ਨਾ ਜਾਣ ਤਾਂ ਸਾਰਿਆਂ ਸਿੱਖਾਂ ਨੂੰ, ਕਿਤੇ ਪੈਸੇ ਬਚਾਉਣ ਚੱਲਿਆ ਸੀ ਵੀ ਇਹ ਤੇ ਰਿਸ਼ਤੇਦਾਰਾਂ ਨੇ ਵੱਢਣੇ ਉਹਨਾਂ ਨੇ ਮਾਰਨੇ, ਮੇਰਾ ਤੇ ਕੋਈ ਕਸੂਰ ਨਹੀਂ। ਜਦੋਂ ਸਤਿਗੁਰਾਂ ਨੇ ਕਿਹਾ ਵੀ ਸਾਰੇ ਦੋਸ਼ੀ ਨੇ, 12 ਪ੍ਰਕਾਰ ਦੇ ਬੰਦਿਆਂ ਨੂੰ ਧਰਮ ਸ਼ਾਸਤਰ ਨੇ ਦੋਸ਼ੀ ਮੰਨਿਆ, ਮਾਫ਼ ਕਰ ਲਿਆ ਕੇ ਦੇਣ ਵਾਲੇ, ਸਲਾਹ ਦੇਣ ਵਾਲੀ, ਫਲਾਣੀ ਥਾਂ ਤੋਂ ਸਵਾਦ ਮਿਲਦਾ ਵਧੀਆ ਮਿਲਦਾ, ਫਲਾਣੀ ਕਸਾਈ ਤੋਂ ਚੰਗਾ ਮਿਲਦਾ, ਉਸ ਵੇਲੇ ਗੱਲ ਕਰਨ ਵਾਲੇ ਵੀ ਯਾਰ ਮਾਹੌਲ ਬੜਾ ਵਧੀਆ ਕੋਈ ਖਾਣ ਨੂੰ ਹੋ ਜੇ, ਸਹਾਇਤਾ ਕਰਨ ਵਾਲੇ, ਕੱਟਣ ਵੱਢਣ ਸਾਫ਼ ਕਰਨ ਵਾਲੇ, ਕੋਲ ਬਹਿ ਕੇ ਸਵਾਦ ਦੱਸਣ ਵਾਲੇ, ਇਹ 12 ਤਰ੍ਹਾਂ ਦੇ ਬੰਦੇ ਪਾਪਾਂ ਦੇ ਅਧਿਕਾਰੀ ਨੇ। ਧਰਮ ਸ਼ਾਸਤਰ ਕੋਈ ਪੜ੍ਹ ਲਓ ਜੀ, ਇਸਲਾਮ ਪੜ੍ਹ ਲਓ, ਬੇਸ਼ੱਕ ਉੱਥੇ ਕੁਰਬਾਨੀਆਂ ਦਿੰਦੇ ਹਨ, ਪਰ ਅਸਲ ਕੁਰਾਨ ਪੜ੍ਹ ਕੇ ਵੇਖਿਓ ਖੁਦਾ ਨੇ ਕੀ ਕਿਹਾ ਹੋਇਆ। ਸਨਾਤਨ ਮਤ ਦੇ ਧਾਰਮਿਕ ਸ਼ਾਸਤਰ ਪੜ੍ਹ ਕੇ ਵੇਖੋ ਜੀਵ ਹੱਤਿਆ ਬਾਰੇ ਕੀ ਕੁਝ ਲਿਖਿਆ ਹੈ, ਲਿਖਿਆ ਤੇ ਸਾਡੀ ਬਾਣੀ ਤੇ ਵੀ ਬੜਾ, ਪਰ ਖਾਣ ਵਾਲਿਆਂ ਨੇ ਥੋੜਾ ਪੜ੍ਹਨਾ, ਉਹਨਾਂ ਤੇ ਉਹ ਲੱਭ ਕੇ ਲਿਆਉਣਾ ਵੀ ਇੱਥੇ ਲਿਖਿਆ ਖਾ ਲਓ ਇੱਥੇ, ਵੀ ਇਹਦੇ ਮਤ ਨੇ ਕਿਹਾ ਵੀ ਯੋਧਿਆਂ ਵਾਸਤੇ ਹੈ, ਵੀ ਹੁਣ ਕਿਹੜੀ ਜੰਗ ਲੱਗੀ ਰਸ਼ੀਆ ਦੀ ਪੰਜਾਬ ਕਿਹੜੀ ਗੱਲ, ਜਦੋਂ ਜੰਗ ਲੱਗੂ ਖਾ ਲਿਓ, ਅੱਜ ਕਿਹੜੀ ਕਿਮਤ ਹੈ, ਕਿੱਥੇ ਮਤ ਨੇ ਕਿਹਾ ਵੀ ਕਸਾਈ ਕੋਲੋਂ ਖਰੀਦ ਕੇ ਮੇਰਾ ਖਾਲਸਾ ਖਾਵੇ ਦੁਕਾਨਾਂ ਤੋਲ ਤੋਲ ਕੇ ਕਿਲੋ, ਇਹ ਸਭ ਬਹਾਨੇ ਆ, ਇੱਥੇ ਵੀ ਜ਼ਿੰਦਗੀ ਨਰਕ ਹੈ, ਦੁੱਖ ਅੱਗੇ ਵੀ ਹੈ। ਗੁਰੂ ਦਾ ਸਿੱਖ ਤੇ ਕਿਸੇ ਦਾ ਮਨ ਨਹੀਂ ਦੁਖਾ ਸਕਦਾ, ਵੀ ਮੈਂ ਇਹਨੂੰ ਮਾੜਾ ਬੋਲ ਬੋਲਤਾ, ਜਿੰਨੇ ਵੀ ਸਾਧੂ ਮਹਾਤਮਾ ਹੋਏ ਅੱਜ ਤੱਕ, ਚਲੋ ਆ ਖਾਣ ਪੀਣ ਵਾਲਾ ਲਾਣਾ ਛੱਡ ਕੇ, ਇੱਕ ਸੰਤ ਐਸਾ ਬ੍ਰਹਮ ਗਿਆਨੀ ਦਾ ਸਾਧੂ ਲੱਭ ਕੇ ਵਿਖਾਓ ਜਿਹਨੇ ਇਹ ਪ੍ਰਚਾਰਿਆ ਹੋਵੇ ਵੀ ਮਾਸ ਖਾਣਾ ਚਾਹੀਦਾ, ਭਾਈ ਇੱਕ ਲੱਭ ਦਿਓ ਕਿਸੇ ਵੀ ਸੰਪਰਦਾ ਦੇ ਵਿੱਚੋਂ, ਕਿਸੇ ਵੀ ਸਮਾਜ ਸੇਵਾ ਵਿੱਚੋਂ, ਕਿਸੇ ਵੀ ਧਰਮ ਵਿੱਚੋਂ, ਜਿੰਨੇ ਤੁਹਾਨੂੰ ਸਾਧੂ ਮਿਲਣਗੇ, ਕੋਈ ਉੱਥੇ ਰੋਟੀ ਵੀ ਘੱਟ ਖਾਂਦੇ ਸੀ, ਉੱਥੇ ਚਾਹ ਨੂੰ ਵੀ ਨਸ਼ਾ ਮੰਨਦੇ ਸੀ, ਭੋਜਨ ਨੂੰ ਵੀ ਨਸ਼ਾ ਮੰਨਦੇ ਸੀ, ਤੇ ਮਾਸ ਖਾਣ ਵਾਲਾ ਧਰਮੀ ਕਿੱਥੋਂ ਹੋ ਸਕਦਾ। ਜਦੋਂ ਸਤਿਗੁਰੂ ਗੁਰੂ ਅੰਗਦ ਦੇ ਪਾਤਸ਼ਾਹ ਨੇ ਵਚਨ ਕਹਿ ਦਿੱਤਾ, ਕਹਿੰਦਾ ਮਹਾਰਾਜ ਆਹ 100-150 ਬੱਕਰਾ ਜਿੱਥੇ ਮੇਰੇ ਗਲ ਪੈ ਚੱਲਿਆ ਸੀ, ਏਡੀ ਵੱਡੀ ਹੱਤਿਆ ਦਾ ਪਾਪ ਮੈਨੂੰ ਲੱਗਣਾ ਸੀ, ਇਹ ਦੇਖੋ ਬਚਾ ਲਵੋ।
बात आप मुझ कहो, बच जिम रहो सो मैं भी चाहो। महाराज मैं भी चाहना इस पाप कर्म तो बचा। गुरु समर्थ है, जे सिख दा गुरु नाल प्यार सी ते गुरु ने अगे होके पाप तो रोक लिया। खो सतनाम सकदा मर दे कर की आए हो। गुरु दे समर्थ है, तुसी चंगे राह लगे हुए हो ना, बाणी पढ़ते हो, नाम जपते हो, जाने अणजाने कोई बंदा तुहानू वर्ग ला के लै गया, कोई माड़ा काम कराउण लगा है, गुरु आप बाह फड़ के समझाउणगे उह बंदिआं नाल करे काम। ठीक है, जे माती मारेगी ते फिर की हो सकदा। जो सतगुरां ने रोकिया कहिंदा महाराज मैं इन्हां दी बंद खलासी करनी चाहुंदा, ये जीव हत्या मेरे तो ना होवे, हुण मैनूं पछतावा है, मैं कर्म कीता क्यों है। ओए ना पाप नरक नह परयो, जीव घात ते चित में डरयो। सतगुरु जी मेरे तो पाप ना होवे, जीव हत्या ना होवे, ते मैं नरक नूं ना जावां, इहदे तों बचा लो। ਇੰਨੇ ਖਰੀਦ ਕੇ ਲੈ ਆਏ ਆ, ਅੱਜ ਦੇ ਨਾਲ ਤੁਰੇ ਫਿਰਦੇ ਸ਼ਰੀਕ ਇਹ ਆਏ, ਇਹ ਖਾ ਰਹੇ ਆ ਬਿਸ਼ਕੀ ਆ। ਪਰ ਪਾਤਸ਼ਾਹ ਇਹ ਬੱਕਰੇ ਇੱਥੋਂ ਥੋੜ੍ਹੀ ਦੂਰੀ ਮੇਰੇ ਪਿੰਡ ਜਾਣਗੇ ਅਤੇ ਵੱਢ ਦੇਣੇ ਆ, ਉਹਨਾਂ ਨੇ ਮਾਸ ਲਾ ਦੇਣਾ, ਇਹਨਾਂ ਚਮੜੀ ਲਾ ਕੇ, ਖੱਲ ਲਾ ਕੇ, ਇੱਕ ਪਾਸੇ ਟੁਕੜੇ ਟੁਕੜੇ ਕਰਕੇ, ਜਿਉਂਦਿਆਂ ਨੂੰ ਤਰਫਾ ਕੇ ਇਹਨਾਂ ਨੂੰ ਧੁਨਿਆ ਲੈਣਾ। ਧੰਨ ਗੁਰੂ ਅੰਗਦ ਦੇ ਪਾਤਸ਼ਾਹ, ਤਰਸ ਕਰੋ ਤਰਸ ਕਰੋ, ਮੈਨੂੰ ਇਸ ਦੁਬਦਾ ਚੋਂ ਕੱਢ ਲਓ। ਆਖੋ ਸਤਨਾਮ, ਮੈਂ ਦੁਬਦਾ ਚ ਫਸਿਆ, ਮੈਨੂੰ ਸਮਝ ਨਹੀਂ ਆਉਂਦੀ ਮੈਂ ਕਰਾਂ ਤੇ ਕੀ ਕਰਾਂ। ਹੁਣ ਜਿੰਨੇ ਘਰੇ ਆ ਸਾਰੇ ਮਾਸਾਹਾਰੀ, ਅਸਲ ਦੇ ਵਿੱਚ ਕਦੇ ਸੱਚੀ ਦੱਸਿਓ ਜੀ, ਕੋਈ ਤੁਹਾਡੀ ਮਦਦ ਕਰਨ ਵਾਸਤੇ ਅੱਜ ਤੱਕ ਆਇਆ? ਤੁਸੀਂ ਘਰ ਬੈਠੇ ਕਣਕ ਛੱਡਦੇ, ਕਿਸੇ ਨੇ ਕਿਹਾ ਵੀ ਤੁਸੀਂ ਰਹਿਣ ਦੋ ਅਸੀਂ ਕਰਦੇ ਹਾਂ, ਆਹ ਤੁਸੀਂ ਕੱਪੜੇ ਧੋਣ ਲੱਗੇ ਅਸੀਂ ਕਰਦੇ ਹਾਂ? ਨਹੀਂ, ਲੋਕ ਕਹਿੰਦੇ ਅੱਜ ਦੱਸੋ ਕੀ ਬਣਾਓਗੇ, ਅੱਜ ਕੀ ਬਣਿਆ ਤੁਹਾਡੇ ਕੋਲ? ਦੁਨੀਆਂ ਸਿਰਫ ਖਾਣ ਪੀਣ ਆਉਂਦੀ ਹੈ, ਸਮਾਜ ਤੁਹਾਡੇ ਸੁੱਖਾਂ ਦਾ ਮਿੱਤਰ ਹੈ, ਸੁੱਖਾਂ ਦਾ ਯਾਰ ਹੈ, ਦੁੱਖ ਵਿੱਚ ਤੁਹਾਡਾ ਕੋਈ ਆਪਣਾ ਹੀ ਨਹੀਂ। ਆਖੋ ਸਤਨਾਮ, ਦੁੱਖ ਤੁਹਾਡਾ ਇਕੱਲੇ ਆਉਂਦਾ, ਸੁੱਖ ਸਾਰੇ ਆਉਂਦਾ ਹੈ। ਬਰਥਡੇ ਹੋਵੇ ਤੁਹਾਡਾ, ਐਨੀਵਰਸਰੀ ਹੋਵੇ, ਕੋਈ ਖੁਸ਼ੀ ਦਾ ਪ੍ਰੋਗਰਾਮ, ਮੈਂ ਕਹਿੰਦਾ ਇੱਕ ਨੂੰ ਬੁਲਾਓ, ਚਾਰ ਚਾਰ ਹੁੰਦੇ ਗੱਡੀ 'ਚ, ਪਿੱਛੇ ਨਿਆਣੇ ਟੱਬਰ ਟੀਵੀ, ਉੱਥੇ ਖਾਵਾਂ ਪੀਵਾਂਗੇ। ਤੇ ਜਿੱਦਣ ਤੁਸੀਂ ਇਕੱਲੇ ਘਰੇ ਬੈਠੇ ਰੋ ਰਹੇ ਹੋਵੋ, ਤੁਹਾਡਾ ਚਿੱਤ ਨਾ ਲੱਗੇ, ਮਨ ਉਦਾਸ ਹੋਵੇ, ਕੋਈ ਉਦੋਂ ਇੱਕ ਨੂੰ ਵੀ ਫੋਨ ਕਰੀਏ ਆ ਜਾ, ਉਹ ਵੀ ਕਹਿੰਦਾ ਕਿ ਟਾਈਮ ਕੱਢ ਕੇ ਆਉਣਾ ਵਾ, ਸ਼ੇਰ ਕਦੇ ਹਾਂ ਵੀਹ ਵਾਰ ਦੱਸਣਾ ਪੈਂਦਾ ਸੀ, ਠੀਕ ਨਹੀਂ ਮੇਰਾ ਮੂੰਹ, ਠੀਕ ਨਹੀਂ ਮੇਰੇ ਖਿਆਲ, ਠੀਕ ਨਹੀਂ ਮੈਨੂੰ ਕੁਛ ਹੋ ਰਿਹਾ, ਕੋਈ ਨਹੀਂ ਹੁੰਦਾ। ਤੇ ਤੁਸੀਂ ਮਾੜਾ ਜਿਹਾ ਕਹਿ ਦਿਓ ਆਪਾਂ ਪਾਰਟੀ ਰੱਖੀ ਹੈ ਜੀ, ਅੱਜ ਸੈਟਰਡੇ ਨਾਈਟ ਹੈ, ਅੱਜ ਫਲਾਣੇ ਫਲਾਣੇ ਨੇ ਆਉਣਾ, ਉਹ ਕਹਿੰਦਾ ਅਸੀਂ ਵੀ ਆ ਜਾਵਾਂਗੇ। ਸੁੱਖ 'ਚ ਤੁਹਾਡੇ ਯਾਰ ਬੜੇ ਆ, ਦੁੱਖ ਵਿੱਚ ਤੁਸੀਂ ਇਕੱਲੇ ਹੋ, ਅਤੇ ਜੇ ਦੁੱਖ ਵਿੱਚ ਅਸੀਂ ਇਕੱਲੇ ਹਾਂ ਤੇ ਫਿਰ ਅਸੀਂ ਸੁੱਖਾਂ 'ਚ ਲੋਕਾਂ ਤੋਂ ਰਹਿਣਾ ਕੀ ਹੈ? ਜਿਹੜੇ ਸਾਡੀ ਬਿਪਤਾ 'ਚ ਸਾਡੇ ਨਾਲ ਨਹੀਂ ਖੜਨਾ, ਸਾਡਾ ਦੁੱਖ ਜੇ ਸਾਡਾ ਦੁੱਖ ਹੈ ਤੇ ਸੁੱਖ ਸਾਡਾ ਇਕੱਲਿਆਂ ਦਾ ਕੋਈ ਹੋਈ, ਸਾਡਾ ਕਿਉਂ ਨਹੀਂ ਸੁੱਖ? ਇਹ ਸਾਨੂੰ ਸਮਝ ਅੱਜ ਤੱਕ ਨਹੀਂ ਆਈ। ਗੁਰੂ ਪਾਤਸ਼ਾਹ ਤਰਸ ਦੇ ਘਰ ਵਿੱਚ ਆਏ, ਕਹਿੰਦਾ ਮਹਾਰਾਜ ਇਹ ਸੁੱਖਾਂ 'ਚ ਜਿਹੜੇ ਮੇਰੇ ਆਪਣੇ ਬਣੇ ਫਿਰਦੇ ਆ, ਇਹਨਾਂ 'ਚ ਮੇਰਾ ਆਪਣਾ ਕੋਈ ਨਹੀਂ। ਆਪ ਸ਼ਕਤ ਧਰੋ ਸਮਰੱਥ, ਰਾਖੋ ਮੋਹੀ ਪ੍ਰਭੂ ਦੇਹੋ ਹੱਥ। ਪ੍ਰਭੂ ਜੀ ਕਿਰਪਾ ਕਰਕੇ ਹੱਥ ਦੇ ਕੇ ਰੱਖ ਲਓ, ਸੁੱਖ ਦੇ ਵਿੱਚ ਤੁਸੀਂ ਬੁਰਾ ਕੰਮ ਵੀ ਕਰੋਗੇ, ਲੋਕ ਹੱਲਾ ਸ਼ੀਰੀ ਕਰਨਗੇ, ਚੱਕ ਦੇ ਫੱਟੇ ਤੇਰੇ ਨਾਲ ਚੱਲਦੇ ਆ ਨਾਲ। ਪਰ ਭੀੜ ਵੇਲੇ ਕੋਈ ਤੁਹਾਨੂੰ ਨਹੀਂ ਕਹੂਗਾ ਵੀ ਤੂੰ ਅੱਧੀ ਰਾਤ ਮੈਨੂੰ ਜਗਾ ਲਈ, ਮੈਂ ਤੇਰੇ ਕੋਲ ਸੁੱਤਾਂ, ਚਿੰਤਾ ਨਾ ਕਰ। ਉਦੋਂ ਆਪਣੇ ਨਿਆਣੇ ਵੀ ਕਹਿੰਦੇ ਆ ਪ੍ਰੋਬਲਮਾਂ ਤੁਸੀਂ ਸਹੇੜੀਆਂ ਨੇ, ਸਾਨੂੰ ਪਰੇਸ਼ਾਨ ਨਾ ਕਰੋ, ਪਹਿਲਾਂ ਨਹੀਂ ਸੀ ਦੱਸਣਾ ਤੁਹਾਨੂੰ ਕਰ। ਫਿਰ ਬੰਦਾ ਕਹਿ ਕੇ ਰੋਂਦਾ ਵੀ ਮੈਂ ਲੋਕਾਂ ਲਈ ਇੰਨਾ ਕੁਛ ਕੀਤਾ, ਮੇਰਾ ਕੋਈ ਕਿਉਂ ਨਹੀਂ ਬਣਿਆ, ਮੇਰਾ ਕੋਈ ਕਿਉਂ ਨਹੀਂ? ਗੁਰੂ ਸਾਹਿਬ ਇਹੀ ਤੇ ਗੱਲਾਂ ਸਮਝਾ ਰਹੇ ਆ, ਸਤਿਗੁਰੂ ਕਹਿੰਦੇ ਭਾਈ ਸੁੱਖ 'ਚ ਹੰਕਾਰਿਆ ਨਾ ਕਰ ਤੇ ਦੁੱਖ ਵਿੱਚ ਡੋਲਿਆ ਨਾ ਕਰ। ਆਖੋ ਸਤਨਾਮ, ਹਰ ਕਰਮ ਕਰਨ ਤੋਂ ਪਹਿਲਾਂ ਸੋਚਿਆ ਕਰ, ਬੋਲਣ ਤੋਂ ਪਹਿਲਾਂ ਡੋਲਿਆ ਕਰ। ਅਸੀਂ ਬੋਲਣ ਤੋਂ ਪਹਿਲਾਂ ਡੋਲਦੇ ਨਹੀਂ, ਬਾ ਬੋਲਣ ਤੋਂ ਬਾਅਦ ਸੋਚੀਦਾ ਵੀ ਯਾਰ ਇਹ ਕੀ ਕਹਿੰਦਾ, ਹੁਣ ਇਹਦਾ ਕੀ ਹੋਊਗਾ। ਭਾਈ ਸਿੰਹਾਂ ਸਤਿਗੁਰਾਂ ਦੇ ਚਰਨ ਫੜ ਕੇ ਕਹਿੰਦਾ ਮਹਾਰਾਜ ਨਰਕ ਤੋਂ ਬਚਾ ਲਓ, ਮੈਨੂੰ ਨਹੀਂ ਸੀ ਪਤਾ ਵੀ ਇਹ ਕੰਮ ਕਰਨ ਵਾਲੇ ਦੀ ਸਜ਼ਾ ਵੀ ਬਹੁਤ ਵੱਡੀ।
ਵੱਡੀ ਹੈ ਕਿਉਂਕਿ ਸਿੱਧੀ ਜੀ ਗੱਲ ਹੈ ਦੁਨਿਆਵੀ ਅਦਾਲਤਾਂ ਕਚਹਿਰੀਆਂ ਤੁਸੀਂ ਛੁੱਟ ਸਕਦੇ ਸਬੂਤ ਪੇਸ਼ ਨਾ ਹੋਵੇ ਨਾ ਬੰਦਾ ਫਾਂਸੀ ਚੜਿਆ ਵੀ ਲੱਗ ਜਾਂਦਾ ਹੈ ਪਰ ਧਰਮਰਾਜ ਦੀ ਕਚਹਿਰੀ ਦੇ ਵਿੱਚ ਉੱਥੇ ਤੇ ਕੋਈ ਤੇਰੇ ਵਿਰੁੱਧ ਨਹੀਂ ਤੇਰੇ ਆਪਣੇ ਕਰੋ ਤੇਰੇ ਆਪਣੇ ਕੀਤੇ ਹੋਏ ਆ ਕਿਸੇ ਦੇ ਨਹੀਂ ਤੇ ਉਹੀ ਘੜੀਸੀ ਫਿਰਦੇ ਆ ਵੀ ਆਹ ਚਿੱਤਰ ਕਹਿੰਦਾ ਆਹ ਕੰਮ ਕੀਤੇ ਗੁਪਤ ਕਹਿੰਦਾ ਆਹ ਕੀਤੇ ਆ ਮਾੜੇ ਕਰਮ ਇੱਕ ਪਾਸੇ ਖੜੇ ਆ ਚੰਗੇ ਪਾਸੇ ਇੱਕ ਪਾਸੇ ਖੜੇ ਆ ਫਿਰ ਹਿਸਾਬ ਉਹਨਾਂ ਦਾ ਜਿਹਨੂੰ ਬਾਣੀ ਨੇ ਲਿਖਿਆ ਹੈ ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਤਰ ਗਿਆ ਵੈ ਕਮ ਅਮਲ ਸ਼ੁਰੂ ਕਹਿੰਦੇ ਜੇ ਬੰਦੇ ਆ ਚੰਗੇ ਕਰਮ ਤੂੰ ਇਸ ਦੁਨੀਆਂ ਵਿੱਚ ਕੀਤੇ ਆ ਦਰਗਾਹ 'ਚ ਤੈਨੂੰ ਸ਼ਿਫਾਰਿਸ਼ ਦੀ ਲੋੜ ਨਹੀਂ ਦਰਗਾਹ ਦਾ ਸੱਚ ਨੂੰ ਅੱਜ ਵੀ ਸ਼ਿਫਾਰਿਸ਼ ਦੀ ਲੋੜ ਸੱਚ ਅੱਜ ਵੀ ਅਪੀਲ ਨਹੀਂ ਕਰਦਾ ਸੱਚ ਅੱਜ ਵੀ ਦਲੀਲਾਂ ਨਹੀਂ ਦਿੰਦਾ ਇਹ ਸਭ ਚੀਜ਼ਾਂ ਦੀ ਲੋੜ ਹੈ ਝੂਠ ਨੂੰ ਜਾਣੇ ਕਿਹੜੇ ਰਾਹ ਪੈ ਗਿਆ ਮੈਨੂੰ ਤੇ ਸਤਿਗੁਰਾਂ ਸੱਚੀ ਰੋਕ ਲਿਆ ਪਰ ਦੁੱਖ ਨਹੀਂ ਮਨਾਇਆ ਕਿ ਮਰ ਜਾ ਇਸ ਵੇਲੇ ਕਿਉਂ ਆ ਕੇ ਘਾਟਾ ਪੈ ਗਿਆ ਉੱਥੇ ਖੁਸ਼ ਹੋ ਰਿਹਾ ਹੈ ਧੰਨ ਸਤਿਗੁਰੂ ਮੈਨੂੰ ਪਾਪ ਤੋਂ ਬਚਾ ਲਿਆ ਭਾਈ ਜੋਗੇ ਦੇ ਮਨ 'ਚ ਥੋੜ੍ਹਾ ਜਿਹਾ ਵਿਚਾਰ ਆਇਆ ਸੀ ਨਾ ਵੀ ਮਰਦ ਨੂੰ ਮੇਰੇ ਵਰਗਾ ਸਿੱਖ ਨਹੀਂ ਮਿਲਣਾ ਫਿਰ ਡੋਲ ਵੀ ਗਿਆ ਫਿਰ ਡੋਲੇ ਨੂੰ ਪਛਾਣਿਆ ਵੀ ਪਾਤਸ਼ਾਹ ਦੀ ਆਪ ਕੋਈ ਹੋਰ ਨਹੀਂ ਆਇਆ ਕੱਲ ਵੀ ਰਾਤ ਖੜੇ ਸਾਰੀ ਰਾਤ ਕਹਿ ਦਿੱਤੇ ਗੁਰੂ ਬਹੁਤ ਘੱਟ ਹੈ ਗੁਰੂ ਬੜੇ ਸਮਰੱਥ ਨੇ ਭਾਈ ਸਿੰਘਾ ਉਸੇ ਥਾਂ 'ਤੇ ਬਹਿ ਗਿਆ ਕਹਿੰਦਾ ਮਹਾਰਾਜ ਇੱਕ ਪਾਸੇ ਕਰਦੇ ਹੋ ਮੈਂ ਇਹ ਪਾਪ ਨਹੀਂ ਕਰਨਾ ਚਾਹੁੰਦਾ ਮੇਰੇ ਨਾਲ ਜੋ ਹੁੰਦਾ ਹੋ ਜੇ ਪਰ ਕਾਰਜ ਰਾਸ ਹੋਵੇ ਤੇ ਬੜੋ ਕਾਮ ਪਾਵੋ ਪਰੋ ਸ਼ਰਨ ਮੈਂ ਨਿਤ ਗੁਣ ਗਾਵੋ ਕਹਿੰਦੇ ਪਿਆਰਿਆ ਤੂੰ ਤੇ ਸਿਆਣਾ ਬਹੁਤ ਹੈ ਕਿਉਂਕਿ ਭਾਈ ਸਿੰਘਾਂ ਉੱਪਰ ਗੁਰੂ ਨਾਨਕ ਸਾਹਿਬ ਦਾ ਸੇਵਕ ਸੀ ਸਿੱਖ ਸੀ ਕਹਿੰਦਾ ਨਹੀਂ ਪਾਤਸ਼ਾਹ ਸੇਵਕ ਸਦਾ ਸੇਵਕ ਹੁੰਦੇ ਆ ਸਿੱਖ ਸਦਾ ਸਿੱਖ ਹੀ ਰਹਿੰਦੇ ਆ ਦਾਤਾ ਤੇਰੇ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਅੱਜ ਜਿਹੋ ਜੀ ਮਤ ਦਿਓਗੇ ਉਹ ਹੀ ਕਰਾਂਗੇ ਜੀਵ ਘਾਤ ਨਹਿ ਹੋਵੇ ਨਹੀਂ ਜਠੇਰਨ ਕੋ ਦੁੱਖ ਜੋਵੇ ਹੱਸ ਕੇ ਗੁਰੂ ਅੰਗਦ ਦੇਵ ਸਾਹਿਬ ਕਹਿੰਦੇ ਤੇਰੇ ਜਠੇਰੇ ਰੁੱਸ ਜਾਣਗੇ ਤੇਰੇ ਵੱਡ ਵਡੇਰੇ ਰੁੱਸ ਜਾਣਗੇ ਕਹਿੰਦਾ ਮਹਾਰਾਜ ਪਾਪ ਕਰਕੇ ਮੈਂ ਭੁਗਤਾਂ ਤੇ ਜੱਗ ਨੂੰ ਖੁਸ਼ ਕਰਾਂ ਲੋਕਾਂ ਨੂੰ ਸੁਖੀ ਕਰਾਂ ਕਿਉਂ ਨਾ ਮੈਂ ਆਪਣੇ ਆਪ ਨੂੰ ਸੁਖੀ ਕਰ ਲਾਂ ਤੇ ਜੱਗ ਦੀ ਪਰਵਾਹੀ ਨਾ ਕਰਾਂ ਕੋ ਸਤਨਾਮ ਬੰਦਾ ਆਪ ਹੀ ਉਲਝਿਆ ਹੋਇਆ ਮੈਂ ਕਿਹਾ ਤੁਸੀਂ ਮੇਰੀ ਖੁਸ਼ੀ ਚ ਆਇਓ ਅਸੀਂ ਤੁਹਾਡੀ ਚਾਹਾਂਗੇ ਸਿਰਦਰਦੀ ਬਹੁਤ ਲੱਗੀ ਹੈ ਨਾ ਗਏ ਅਗਲਾ ਕਹਿੰਦਾ ਦੇਖਦਾ ਮਾਰਾ ਨਹੀਂ ਆਇਆ ਕੁਛ ਅਸੀਂ ਵਿਆਹ ਕੁਛ ਦੇ ਕੇ ਆਏ ਜ਼ਿੰਮੇਵਾਰੀਆਂ ਵੱਧ ਗਿਆ ਫਸੀ ਜਾਂਦਾ ਨਾ ਕਿ ਤੂੰ ਕਿ ਇਹਨਾਂ ਕੰਮਾਂ 'ਚ ਕਿੰਨੇ ਪਾਪ ਹੋ ਰਹੇ ਆ ਕਿੰਨਾ ਕੁਛ ਵਧੀ ਜਾ ਰਹੇ ਆ ਪਰੇਸ਼ਾਨ ਇੱਕ ਉਹ ਹੈ ਕਹਿੰਦਾ ਫਰਕ ਹੀ ਕੋਈ ਨਹੀਂ ਪੈਂਦਾ ਹਾਂ ਜਿਹੜਾ ਸਾਨੂੰ ਪਿਆਰ ਕਰਦਾ ਉਹ ਸਾਡੀ ਖੁਸ਼ੀ 'ਚ ਸਦਾ ਹੀ ਖੁਸ਼ ਹੈ ਜਿਹਨੂੰ ਸਾਡੇ ਨਾਲ ਹਮਦਰਦੀ ਹੈ ਨਾ ਉਹ ਸਾਡੀ ਗਰੀਬੀ ਵਿੱਚ ਵੀ ਸਾਡਾ ਮਜ਼ਾਕ ਨਹੀਂ ਉਡਾਊਗਾ ਕਹਿੰਦਾ ਨਾਲ ਖੜੇ ਆ ਭਾਈ ਕੋਈ ਗੱਲ ਨਹੀਂ ਜਿਹੋ ਜਿਹਾ ਕਾਰਜ ਤੂੰ ਕਰਨਾ ਸਾਨੂੰ ਵਧੀਆ ਲੱਗਦਾ ਉਹ ਇਹ ਨਹੀਂ ਕਹਿੰਦਾ ਵੀ ਤੇਰੇ ਘਰ ਆਇਆ ਸਾਨੂੰ ਫਲਾਣੀ ਦਾਰੂ ਪਿਲਾ ਦੇ ਫਲਾਣੀ ਮੱਛੀ ਖਵਾ ਦੇ ਫਲਾਣਾ ਅੱਜ ਲੋਕਾਂ ਦੇ ਕੰਮ ਹੀ ਆ ਫੜਿਆ ਹੋਇਆ ਇਸ ਤੋਂ ਬਾਅਦ ਫਿਰ ਕੁਛ ਨਹੀਂ ਤੇ ਜਿਹਨੂੰ ਮਰਜ਼ੀ ਪੁੱਛੋ ਬਾਬਾ ਜੀ ਕੀ ਕਰੀਏ ਬੱਚੇ ਕਹਿਣੇ ਤੋਂ ਬਾਅਦ ਪੋਤਾ ਕਹਿਣੇ ਤੋਂ ਬਾਅਦ ਨੂੰ ਤਾਂ ਤੇ ਪੁੱਛੋ ਹੀ ਨਾ ਜੀ ਅੱਗ ਲੱਗਣੀ ਸੁਣਦੀ ਹੋ ਗਈ ਮੈਂ ਭਾਈ ਫਿਰ ਆਪਣਾ ਫਰਿੱਜ ਖੋਲ੍ਹ ਕੇ ਵਿਖਾ ਦਈ ਉਹ 'ਚ ਕੀ ਕੁਛ ਪਿਆ ਮਾਸ ਹੱਡੀਆਂ ਜਦ ਪਰਾਏ ਜੀਵਾਂ ਦੇ ਘਰ ਉਜਾੜ ਕੇ ਤੂੰ ਆਪਣਾ ਸ਼ਿਕਾਰ ਬਣਾ ਕੇ ਢਿੱਡ ਭਰਦਾ ਫਿਰਦਾ ਹੈ ਹਾਲਤ ਤੇ ਤੇਰੀ ਵੀ ਇਹੀ ਹੋਣੀ ਆ ਖੋ ਸਤਨਾਮ ਹੁਣ ਤੇਰੇ ਤੇਰੀਆਂ ਹੱਡੀਆਂ ਚੂੰਡੀ ਜਾਂਦੇ ਹੋ ਤੇਰੀ ਕਹਿਣੀ ਨਹੀਂ ਮੰਨਦੇ ਤੇਰੀ ਗੱਲ ਹੀ ਨਹੀਂ ਮੰਨਦੇ ਰੋਂਦਾ ਫਿਰਦਾ ਬੰਦਾ ਕਹਿੰਦਾ ਮੈਂ ਸ਼ਾਂਤ ਆ ਜੀ ਮੇਰਾ ਬਾਣ 'ਚ ਵੀ ਮਨ ਨਹੀਂ ਲੱਗਦਾ ਮੇਰਾ ਤਾਂ ਜੀ ਕਰਦਾ ਮੈਂ ਭੱਜਾਂ ਮੈਂ ਭੱਜ ਕੇ ਕਿੱਥੇ ਜਾਊਂਗਾ ਕਿੱਥੇ ਬਾਹਰ ਭੱਜ ਜਾਂਦਾ ਘਰ ਆਈ ਜਾਂਦਾ ਘਰੇ ਬੈਠਦਾ ਅੱਜ ਹਾਲਤ ਬੰਦੇ ਦੀ ਬਣੀ ਹੋਈ ਹੈ ਪਰ ਗੁਰੂ ਸਾਹਿਬ ਨੇ ਸਪਸ਼ਟ ਕਿਹਾ ਕਹਿੰਦੇ ਸਿੱਖਾ ਕਰਮ ਤਾਂ ਕਰੀ ਜੇ ਤੂੰ ਵਾ ਕਰੇਗਾ ਇਹ ਨਹੀਂ ਵੀ ਅੱਜ ਮਰਦ ਨੇ ਰੋਕ ਤਾਂ ਅੱਜ ਨਹੀਂ ਕਰਨਾ ਮੁੜ ਕੇ ਫਿਰ ਸਹੀ
ਤੇ ਰਿਸ਼ਤੇਦਾਰ ਤੋਂ ਮਾਫੀਆਂ ਮੰਗਦਾ ਫਿਰ ਵੀ ਮੇਰੇ ਤੇ ਬਾਹਰ ਮਿਲ ਗਏ ਸੀ ਜੀ ਮੈਂ ਤੇ ਤਾਂ ਕਰਕੇ ਫਿਰ ਲੋਕਰੀ ਫਿਰ ਗੁਰੂ ਸਾਹਿਬ ਤੇ ਪਾਏ ਮਹਾਰਾਜ ਮੈਨੂੰ ਫਰਕ ਨਹੀਂ ਕੋਈ ਹੱਸੇ ਕੋਈ ਰੋਵੇ ਕਿਹੜਾ ਕਿਸੇ ਨੇ ਨਾਲ ਮਰਨਾ ਏ ਹੱਸ ਉਪਾਏ ਅਭਿਆਪ ਅਲਾਵੋ ਆਪਣੋ ਸੇਵਕ ਜਾਣ ਬਤਾਵੋ ਗੁਰੂ ਸਾਹਿਬ ਕਹਿੰਦੇ ਜੇ ਤੇ ਸਾਡਾ ਸੇਵਕ ਬਣ ਕੇ ਸੁਣਨਾ ਤੇ ਦੱਸ ਦਿੰਦੇ ਆ ਭਾਈ ਜੇ ਇੱਕ ਮਜਬੂਰੀ ਆ ਵੀ ਗੁਰੂ ਸਾਹਿਬ ਮਿਲ ਗਏ ਬੜੀ ਵਾਰ ਇਹ ਹੁੰਦਾ ਜੀ ਆਪਾਂ ਕੋਈ ਕੰਮ ਕਰਨਾ ਚਾਹੁੰਦੇ ਸੀ ਪਰ ਕੋਈ ਜਾਣ ਪਛਾਣ ਮਿਲ ਗਿਆ ਉਹਦੇ ਸਾਹਮਣੇ ਵੀ ਚੱਲ ਛੱਡ ਕਰਾਂਗੇ ਅੱਜ ਨਹੀਂ ਕਰਦੇ ਫਿਰ ਮਨ ਪਛਤਾਵਾ ਹੁੰਦਾ ਯਾਰ ਇਹਦੇ ਕਰਕੇ ਵਿਆਹ ਨਹੀਂ ਕੀਤਾ ਇਹਦੇ ਕਰਕੇ ਵਿਆਹ ਨਹੀਂ ਲਿਆ ਇਹਦੇ ਕਰਕੇ ਉਹ ਨਹੀਂ ਕੀਤਾ ਉਹਦਾ ਕੋਈ ਕਰਨਾ ਸਤਿਗੁਰੂ ਕਹਿੰਦੇ ਜੇ ਤੇ ਸੇਵਕ ਬਣ ਕੇ ਤਿਆਗਣ ਭਾਈ ਜੇ ਜਾ ਕੇ ਉਹਨਾਂ ਨੂੰ ਫੇਰ ਮਨਾਉਣਾ ਨਾ ਵੀ ਮੈਂ ਤੇ ਮਾਰਜ ਕਰਕੇ ਬੱਕਰੇ ਲੁਕੋਤੇ ਸੀ ਜੀ ਫਲਾਣਾ ਕਰਤਾ ਸੀ ਇਹ ਪਸ਼ਚਾਤਾਪ ਹੀ ਰੱਖਣਾ ਬਣ ਕੇ ਲੈ ਜਾ ਘਰੇ ਫਿਰ ਜੋ ਕਰਨਾ ਕਰੀ ਚੱਲ ਬੇਨਤੀ ਸੁਣ ਕੇ ਤਿਸਕੀਰੀ ਭਾਈ ਕਿਰਪਾਲ ਪੰਨਿਓ ਬਚ ਫਿਰੀ ਲੰਗਰ ਦੇ ਪਾਤਸ਼ਾਹ ਇੰਨੇ ਬਦਨਾਮ ਨਾ ਤੁਰ ਪਏ ਚਰਨ ਫੜ ਕੇ ਸੀਹਾ ਕਹਿੰਦਾ ਮਰਦ ਛੱਡ ਕੇ ਨਾ ਜਾਓ ਇੱਕ ਬੰਨੇ ਲਾ ਕੇ ਜਾਓ ਮੈਨੂੰ ਬਹੁਤ ਪਛਤਾਵਾ ਹੈ ਮੈਂ ਜੋ ਕੀਤਾ ਮੈਨੂੰ ਨਹੀਂ ਸੀ ਕਰਨਾ ਚਾਹੀਦਾ ਗੁਰੂ ਸਾਹਿਬ ਨੂੰ ਤਰਸ ਆ ਸਤਿਗੁਰੂ ਜਿੱਥੇ ਬੱਕਰੇ ਲਈ ਖੜਾ ਸੀ ਨਾ 100-150 ਪੀਟੜੇ ਆ ਪੂਰਾ ਕੱਠਾ ਕੀਤਾ ਹੋਇਆ ਕਾਹਦੇ ਲਈ ਚੱਲੇ ਸੀ ਵੀ ਪਾਰਟੀ ਕਰਾਂਗੇ ਦਸਤਾਰਬੰਦੀ ਹੋਊਗੀ ਬੱਕਰੇ ਵੱਢਾਂਗੇ ਅੱਜ ਵੀ ਲੋਕਾਂ ਦੀ ਹਾਲਤ ਕੀ ਹੈ ਗੁਰਮੁਖ ਜਿਹੜੇ ਬਣੇ ਫਿਰਦੇ ਆ ਪੈਲਸਾਂ 'ਚ ਜਾ ਕੇ ਵੇਖੋ ਜੀਵਾਂ ਦੀ ਹੱਤਿਆ ਹੋ ਰਹੀ ਹੈ ਲੋਕ ਮਾਸ ਖਿੱਚ ਖਿੱਚ ਖਾ ਰਹੇ ਆ ਅਤੇ ਫਿਰ ਉਹ ਬੰਦਾ ਕਹਿੰਦਾ ਜੀ ਸਾਡੇ ਬੱਚੇ ਨਾ ਖੁਸ਼ ਨਹੀਂ ਰਹਿੰਦੇ ਪਤਾ ਨਹੀਂ ਕਿੰਨਿਆਂ ਜੀਵਾਂ ਦੇ ਬੱਚਿਆਂ ਦਾ ਮਾਸ ਖੋਹ ਖੋ ਕੇ ਹੱਥ ਹੋਣਾ ਕਿੰਨੀਆਂ ਮਾਵਾਂ ਨੇ ਉਸ ਦਿਨ ਚਾਰਾ ਹੀ ਚੜਿਆ ਹੋਣਾ ਜਿਨ੍ਹਾਂ ਦੇ ਬੱਚਿਆਂ ਨੂੰ ਖੋਹ ਖੋ ਕੇ ਲਿਜਾਇਆ ਗਿਆ ਤਨਖਾਹ ਕੇ ਮਾਰਿਆ ਗਿਆ ਸਿਰਫ ਤੁਹਾਡੀ ਖੁਸ਼ੀ ਦੇ ਸਵਾਦ ਲਈ ਤੇ ਬੰਦਿਆਂ ਤੂੰ ਕਿਵੇਂ ਕਹਿੰਦਾ ਵੀ ਸਾਡਾ ਟੱਬਰ ਖੁਸ਼ ਹੋਊ ਕਦੇ ਨਹੀਂ ਹੋਣਾ ਜੋ ਬੀਜੇ ਹੈ ਵੱਢਣਾ ਤੈਨੂੰ ਹੀ ਪੈਣਾ ਖੋ ਸਤਨਾਮ ਕੋਈ ਹੋਰ ਨਹੀਂ ਵੱਢੇਗਾ ਸਾਨੂੰ ਕੋਲ ਆਏ ਬੱਕਰੇ ਕਹਿੰਦੇ ਸਿੱਖਾ ਹੋਰ ਅਸੇ ਨਾ ਇੱਕ ਵਾਰ ਵੀ ਮਨ ਸੋਚਿਆ ਵੀ ਆਹ ਇੰਨੇ ਦਾ ਆਹ ਇੰਨੇ ਦਾ ਆਹ ਇੰਨੇ ਦਾ ਮੰਡੀ 'ਚ ਲੈ ਕੇ ਆ ਸਿਰ ਦੇ ਉਹ ਰੁਪਿਆਂ ਨਾਲ ਜਿਵੇਂ ਆਪਾਂ ਕਹਿ ਦੇਈਦਾ ਹੁੰਦਾ ਘਰ 'ਚ ਵੀ ਬਾਪੂ ਵੱਡੇ ਆ ਚਲੋ ਬਾਪੂ ਜੀ ਫਲਾਣਾ ਕੰਮ ਤੁਸੀਂ ਕਰਿਆ ਉਹ ਲੇਬਰ ਕੋਲ ਖੜ੍ਹ ਜਾਓ ਤੁਹਾਨੂੰ ਜ਼ਿਆਦਾ ਜਾਂਦਾ ਤੁਸੀਂ ਜਾ ਕੇ ਉਮਰ ਗੱਡੀ ਹੈ ਅੱਗੋਂ ਵੀ ਖੁਸ਼ ਹੋ ਜਾਂਦੇ ਵੀ ਮੁੰਡੇ ਨੇ ਜ਼ਿੰਮੇਵਾਰੀ ਦਿੱਤੀ ਬਦਲੇ ਮੈਂ ਵੀ ਬਣਾ ਦੇਖਾਂ ਉਹ ਫਿਰ ਹੋ ਕੇ ਲੇਬਰ ਵਾਲੇ ਧੋਚ ਮਾਰਦਾ ਫਿਰਦਾ ਕਹਿੰਦਾ ਇੱਧਰ ਨਹੀਂ ਹੈ ਭਈਆ ਜੀ ਇੱਧਰ ਕੋਈ ਲੈ ਕੇ ਜਾਓ ਉਹ ਵੀ ਹੋਈ ਪਾਸੇ ਇਹੀ ਹੋਇਆ ਭਾਈ ਸੀਹੇ ਉੱਪਰ ਦਾ ਕੋਈ ਲੈਣ ਦੇਣ ਨਹੀਂ ਸੀ ਪਰ ਪਰਿਵਾਰ ਵਾਲੇ ਕਹਿਣ ਲੱਗ ਗਏ ਵੀ ਤੁਸੀਂ ਸਿਆਣੇ ਹੋ ਤੁਸੀਂ ਵੱਡੇ ਹੋ ਮੰਡੀ ਤੁਸੀਂ ਆਪ ਜਾਓ ਜੀ ਤੁਰ ਪਿਆ ਪਰ ਉਹ ਪਰਿਵਾਰ ਪਿੱਛੇ ਸੁਭਾਵਕ ਤੁਰਿਆ ਪਰ ਇਹ ਨਹੀਂ ਸੀ ਪਤਾ ਵੀ ਇਹਨਾਂ ਪਿੱਛੇ ਲੱਗ ਕੇ ਕਿੱਡਾ ਮਹਾਂਮਾਪ ਹੋ ਚੱਲਿਆ ਸੀ ਸਤਿਗੁਰੂ ਪਿੰਦਰ ਸਿੰਘ ਜਦੋਂ ਰੱਸਾ ਖੁੱਲਣ ਦੀ ਦੇਰ ਸੀ ਕਹਿੰਦੇ ਇੱਕ ਇੱਕ ਬੱਕਰਾ ਆਪਣੀ ਜਾਨ ਛੜਾ ਛੜਾ ਕੇ ਉੱਤੋਂ ਤੌਣ ਲਗਾਏ ਆਪਣੇ ਦੁਆਰੇ ਮੁੰਡਨ ਕਰੋ ਔਰ ਕੋ ਭਰਮ ਸਰਬ ਪਰ ਹਰੋ ਸਾਹਿਬ ਕਹਿੰਦੇ ਅੰਦਰ ਦਾ ਭਰਮ ਛੱਡ ਕੇ ਆ ਜਾ ਭਾਈ ਖੜੂ ਸਰ ਆਪਣੇ ਪੁੱਤਰ ਨੂੰ ਲਾਇਆ ਆਪਣੇ ਪਰਿਵਾਰ ਨੂੰ ਲਾਇਆ ਉੱਥੇ ਦਸਤਾਰ ਬੰਦੀ ਕਰਾਂਗੇ ਆਖੋ ਸਤਨਾਮ ਗੁਰੂ ਦੁਆਰੇ ਹੋਏ ਗੁਰੂ ਆਪ ਖੜ ਗਏ ਆ ਸਿੱਖ ਨੇ ਇੱਕ ਵਾਰ ਵੀ ਨਹੀਂ ਸੋਚਿਆ ਵੀ ਅੱਧਿਆਂ ਨੇ ਤੇ ਆਉਣਾ ਹੀ ਫਿਰ ਨਾਲ ਵੀ ਬੇਨਤੀ ਕੀਤੀ ਆ ਨਾ ਤੁਹਾਡੇ ਅਸਲ ਮਿੱਤਰ ਦੋਸਤ ਉਹੀ ਨੇ ਜਿਹੜੇ ਤੁਹਾਡੇ ਧੀ ਪੁੱਤ ਦੇ ਆਨੰਦ ਕਾਰਜ ਤੇ ਗੁਰੂ ਘਰ ਆਏ ਆ ਜਿਹੜੇ ਪੈਲਸ ਵਿੱਚ ਬੈਠੇ ਆ ਨਾ ਉਹ ਤੇ ਉੱਥੇ ਨੱਚਣ ਗਾਉਣ ਵਾਲੇ ਨੇ ਉਹ ਤੁਹਾਡੇ ਦੁੱਖਾਂ 'ਚ ਖੜਨ ਵਾਲੇ ਨਹੀਂ ਹੈਗੇ ਉਹ ਤੇ ਖਾਣ ਪੀਣ ਛਕਣ ਛਕਾਉਣ ਵਾਲੇ ਆ ਬਸ ਮੈਂ ਉਹ ਤਾਂ ਬਹੁਤ ਅਸਲ ਤੁਹਾਡਾ ਮਿੱਤਰ ਉਹ ਹੈ ਕਿਉਂਕਿ ਵਿਆਹ ਕਿਹਾ ਹੀ ਆਨੰਦ ਕਾਰਜ ਹੋ ਜਾਂਦਾ ਪੈਲਸ 'ਚ ਕਿਹੜਾ ਵਿਆਹ ਹੁੰਦਾ ਉਹਦੇ ਵਿੱਚ ਚਲੋ ਅਸੀਂ ਦੁਨਿਆਵੀ ਰੌਣਕ ਹੈ ਦਿਖਾਵਾ ਹੈ ਪਰ ਅਸਲੀ ਵਿਆਹ ਦੀ ਉਹੀ ਹੈ ਗੁਰੂ ਦੀ ਹਜ਼ੂਰੀ ਵਿੱਚ ਜਦੋਂ ਸ਼ਬਦ ਪੜ੍ਹਿਆ ਜਾਂਦਾ ਵਿਆਹ ਹੋਆ ਮੇਰੇ ਬਾਬੂਲਾ ਗੁਰੂ ਕੇ ਹਰ ਪਾਇਆ ਅਗਿਆਨ ਅੰਧੇਰਾ ਕੱਟੇ ਅਰਦਾਸ ਤੇ ਗੁਰੂ ਅੱਗੇ ਹੋਈ ਹੈ ਵਿਆਹ ਤੇ ਇਹ ਹੋਇਆ ਤੇ ਅਸਲ ਮਿੱਤਰ ਰਿਸ਼ਤੇਦਾਰ ਤੁਹਾਡੀ ਉਹੀ ਜਿਹੜੀ ਆਨੰਦ ਕਾਰ ਤੇ ਵਿਆਹਾਂ 'ਚ 500-500 ਬੰਦਾ ਹੁੰਦਾ ਜੀ ਪੈਸਾ ਤੇ ਗੁਰੂ ਘਰ ਕਿੰਨੇ ਹੁੰਦੇ ਆ ਗਿਣਤੀ ਦੇ 5-7 ਵੀ ਖਿੱਚ ਖੁੱਚ ਕੇ ਲਿਆਉਣੇ ਪੈਂਦੇ ਬਾਂਹ ਫੜ ਕੇ ਵੀ ਤੂੰ ਵੀ ਆ ਜਾ ਯਾਰ
ਬੱਚਿਆਂ ਦਾ ਪਿਓ ਵੀ ਫੜ ਕੇ ਲਿਆਉਣਾ ਪੈਂਦਾ ਵੀ ਪੱਲਾ ਵੀ ਆਹ ਤੇ ਹਾਲਤ ਆ ਜਦੋਂ ਤੱਕ ਸਮਾਜ ਇੱਥੇ ਉਦੋਂ ਵੀ ਜਿਹੜੇ ਚਾਰ ਆਉਂਦੇ ਉਹ ਵੀ ਜਰਾਬਾਂ ਨਹੀਂ ਲਾਉਂਦੇ ਆਹ ਬੜੀਆਂ ਦਰਦਨਾ ਅਕੜੇ ਪੱਖੇ ਹੁੰਦੇ ਆ ਉਹਨਾਂ ਦਾ ਵੀ ਧਿਆਨ ਉੱਥੇ ਹੁੰਦਾ ਵੀ ਯਾਰ ਫਲਾਣਾ ਛੋਣਾ ਲੱਗ ਜੇ ਪਨੀਰ ਵਾਲੇ ਪਕੌੜੇ ਨਾ ਮੁੱਕ ਜਾਣ ਬੱਠਾ ਦੁੱਧ ਹਜ਼ੂਰੀ ਚ ਹੈ ਸੁਰਤ ਖਾਣ ਪੀਣ ਚ ਵਿਰਲੇ ਹੁੰਦੇ ਆ ਜੀ ਜਿਹੜੇ ਤੁਹਾਡੇ ਨਾਲ ਖੜਦੇ ਆ ਤੁਹਾਡੇ ਸੁੱਖ ਦੁੱਖ ਦੇ ਸਾਂਝੀ ਨੇ ਗੁਰੂ ਅੰਗਦ ਦੇ ਪਾਤਸ਼ਾਹ ਨੇ ਭਰਮੀ ਨਿਬੇੜਤਾ ਸਤਿਗੁਰੂ ਕਹਿੰਦੇ ਸਾਰੇ ਸ਼ਰੀਕੇ ਨੂੰ ਸੱਦਾ ਦੇ ਵੀ ਆਓ ਗੁਰੂ ਦੀ ਸ਼ਰਨ ਖਡੂਰ ਸਾਹਿਬ ਚਲੀਏ ਆਖੋ ਸਤਨਾਮ ਗਾਲੀ ਨਿਬੜ ਗਈ ਜਿਹੜੇ ਖਾਣ ਪੀਣ ਵਾਲੇ ਆਪੀ ਭੱਜ ਜਾਣੇ ਆ ਹਾਂ ਜੇ ਆਊ ਕੋਈ ਦਾਲ ਫੁਲਕੇ ਵਾਲਾ ਜਿਹਨੂੰ ਤੁਹਾਡੇ ਨਾਲ ਹਮਦਰਦੀ ਹੈ ਜਿਹਨੂੰ ਤੁਹਾਡੀ ਖੁਸ਼ੀ ਦੀ ਖੁਸ਼ੀ ਹੈ ਉਹ ਜਿਹਨੂੰ ਖਾਣ ਪੀਣ ਤੱਕ ਖੁਸ਼ੀ ਹੈ ਜਿਹੜਾ ਕਹਿੰਦਾ ਜੀ ਸ਼ਰਾਬ ਤੋਂ ਬਿਨਾਂ ਵਿਆਹ ਨਹੀਂ ਮਾਫ਼ ਕਰਿਓ ਉਹਨੂੰ ਤੁਹਾਡੇ ਬੱਚਿਆਂ ਦਾ ਕੋਈ ਦੁੱਖ ਨਹੀਂ ਉਹਨੂੰ ਤੁਹਾਡੇ ਬੱਚਿਆਂ ਦੀ ਕੋਈ ਖੁਸ਼ੀ ਨਹੀਂ ਉਹਨੂੰ ਤੇ ਖੁਸ਼ੀ ਹੈ ਜੇ ਮੀਟ ਬਣ ਉੱਤੇ ਜਾਵਾਂਗੇ ਸ਼ਰਾਬ ਦਿਓਗੇ ਤੇ ਵਿਆਹ ਵਧੀਆ ਆਏ ਉਹ ਤੋਂ ਬਿਨਾਂ ਉਹਨੂੰ ਕੋਈ ਤੁਹਾਡੇ ਨਾਲ ਲੈਣ ਦੇਣ ਨਹੀਂ ਵੀ ਤੁਸੀਂ ਹੱਸੇ ਦੇ ਉਹ ਕਰੋਦੇ ਹੋ ਜਿਹੜਾ ਤੁਹਾਡਾ ਮਿੱਤਰ ਆ ਨਾ ਉਹ ਕਹਿੰਦਾ ਕੋਈ ਨਹੀਂ ਤੁਹਾਡਾ ਬੇਟਾ ਮੇਰਾ ਬੇਟਾ ਤੁਹਾਡੀ ਧੀ ਮੇਰੀ ਧੀ ਸਾਡਾ ਫਰਜ਼ ਹੈ ਪਾਣੀ ਵੀ ਘਰੋਂ ਪੀ ਕੇ ਆ ਜਾਂਗੇ ਰੋਟੀ ਵੀ ਘਰੋਂ ਖਾ ਕੇ ਆ ਜਾਂਗੇ ਪਰ ਸਾਡਾ ਫਰਜ਼ ਹੈ ਅਸੀਂ ਇਸ ਖੁਸ਼ੀ 'ਚ ਸ਼ਰੀਕ ਹੋਣਾ ਹੈ ਮਿਲਦਾ ਇਹੋ ਜਿਹਾ ਕੋਈ ਨਹੀਂ ਬਣੇ ਬਹੁਤ ਘੱਟ ਮਿਲਦੇ ਸਭ ਦੋ ਦੋ ਦਿਨ ਪਹਿਲਾਂ ਹੀ ਰੋਕ ਲੈਂਦੇ ਨੇ ਕੰਮ ਵੀ ਉੱਥੇ ਜਾਣਾ ਜੀ ਖਾ ਪੀ ਕੇ ਆਵਾਂਗੇ ਤਾਂ ਆਪਾਂ ਵੀ ਖਿੱਚਾਂਗੇ ਤਾਂ ਫਿਰ ਆ ਕੇ ਡਾਕਟਰ ਲੱਭਦੇ ਫਿਰ ਦਿੰਦੇ ਕਹਿੰਦੇ ਐਸਿਡਿਟੀ ਹੋ ਗਈ ਜੀ ਹੋਰ ਕੀ ਕਰੀਏ ਦਵਾਈ ਕਿਹੜੀ ਸਮਾਜ ਦੀ ਹਾਲਤ ਇੱਥੇ ਖੜੀ ਗੁਰੂ ਸਾਹਿਬ ਕਹਿੰਦੇ ਭਾਈ ਜਿਨ੍ਹਾਂ ਨੇ ਆਉਣਾ ਹੋਊਗਾ ਆ ਜਾਣਗੇ ਗੁਰੂ ਨਾਨਕ ਦਾ ਘਰ ਹੈ ਕਿਸੇ ਨੂੰ ਕੋਈ ਮਨਾਹੀ ਨਹੀਂ ਵਿਗਨ ਜਠੇਰਨ ਕੋ ਨਹਿ ਹੋਏ ਸਿਮਰੋ ਸਤਨਾਮ ਦੁੱਖ ਖੋਏ ਗੁਰੂ ਸਾਹਿਬ ਨੇ ਬੜਾ ਸੋਹਣਾ ਬਚਨ ਆਖਿਆ ਤੇ ਅੱਜ ਇਹ ਬਚਨ ਕੰਮ ਆਉਣ ਵਾਲਾ ਹੈ ਮਰਦ ਕਹਿੰਦੇ ਭਾਈ ਜਿਹੜੇ ਮਾਸ ਖਾਣ ਵਾਲੇ ਤੇ ਸ਼ਰਾਬਾਂ ਪੀਣ ਵਾਲੇ ਆ ਨਾ ਉਹਨਾਂ ਨੇ ਗੁਰੂ ਘਰ ਆ ਕੇ ਨਹੀਂ ਕਹਿਣਾ ਵੀ ਸਾਨੂੰ ਘੁੱਟ ਲਵਾ ਦਿਓ ਨਹੀਂ ਕਹਿਣਗੇ ਤੇ ਸੱਚੀ ਵਿਦੇਸ਼ਾਂ ਦੇ ਸਿੱਖਾਂ ਨੇ ਇਹ ਰਿਵਾਜ ਸ਼ੁਰੂ ਕਰ ਲਏ ਆ ਵੀ ਆਨੰਦ ਕਾਰਜ ਵਿਆਹ ਕਰਨਾ ਗੁਰੂ ਦੀ ਹਜ਼ੂਰੀ 'ਚ ਇੱਥੇ ਵੀ ਚਲੋ ਚੱਲ ਪਿਆ ਵੀ ਗੁਰੂ ਘਰ ਹੀ ਕਰੀ ਉਹ 'ਚ ਕੀ ਹੈ ਨਾ ਕਿਸੇ ਦੇ ਰੁੱਸਣ ਦਾ ਡਰ ਨਾ ਕਿਸੇ ਲੜਨ ਦਾ ਡਰ ਅਗਲੇ ਨੂੰ ਪਤਾ ਵੀ ਜੇ ਸ਼ਰਾਬ ਪੀ ਕੇ ਗੁਰਦੁਆਰੇ ਬੜੇ ਤੇ ਬਾਬਿਆਂ ਡਾਂਗ ਫੇਰ ਲਈ ਹੈ ਵੀ ਬਹੁਤਾ ਕਰ ਕਰ ਘੁੱਟ ਗਏ ਉਹ ਨਹੀਂ ਆਉਂਦਾ ਬਈ ਜਿਹੜਾ ਬਹੁਤਾ ਸ਼ਰਾਬੀ ਹੋ ਉਹ ਵੜਦਾ ਨਹੀਂ ਤੇ ਜਿਹੜਾ ਦੂਜਾ ਹੋਊਗਾ ਸੋ ਸਮਝ ਕੇ ਆਊਗਾ ਕਹਿੰਦਾ ਨਾ ਬਈ ਮਹਾਰਾਜ ਦੇ ਘਰ ਪਾ ਥੋੜ੍ਹੀ ਕਰ ਤੁਹਾਡਾ ਕਾਰਜ ਵਧੀਆ ਹੋ ਗਿਆ ਤੇ ਹੁਣ ਜਿਹੜੇ ਆ ਪੈਲਸਾਂ 'ਚ ਕਿਤੇ ਗੋਲੀਆਂ ਚੱਲਦੀਆਂ ਕਿਤੇ ਕਿਸੇ ਕਿਸੇ ਨੂੰ ਕੁੱਟਤਾ ਕਿਤੇ ਫੁੱਫੜ ਰੁੱਸ ਗਿਆ ਕਿਤੇ ਕਿਤੇ ਜੀਜਾ ਭੱਜ ਗਿਆ ਆਹੀ ਕੁਛ ਚੱਲਦਾ ਕੋਈ ਕੰਬਲ ਪਿੱਛੇ ਰੁੱਸਿਆ ਫਿਰਦਾ ਹੈ ਕੋਈ ਮਿਰੜੀ ਪਿੱਛੇ ਰੁੱਸਿਆ ਫਿਰਦਾ ਕੀ ਦਰਿਆ ਵੀ ਕੰਮ ਜਿਹਦੇ ਘਰ ਖੁਸ਼ੀ ਉਹਦੀ ਖੁਸ਼ੀ 'ਚ ਸ਼ਰੀਕ ਹੋ ਗਈ ਹੈ ਕਿਉਂ ਸੋਗ ਪੈ ਜਾਂਦਾ ਕਿਸੇ ਦੀ ਖੁਸ਼ੀ ਦੇਖ ਕੇ ਅੰਦਰੋਂ ਤੇ ਲੋਕ ਦੁਖੀ ਹੁੰਦੇ ਆ ਅੰਦਰੋਂ ਤੇ ਸੜੇ ਪਏ ਆ ਵੀ ਆ ਹੋ ਕਿਉਂ ਗਿਆ ਉੱਤੋਂ ਉੱਤੋਂ ਵਧਾਈਆਂ ਦਿੰਦੇ ਫਿਰਦੇ ਸਮਾਜ ਖੜਾ ਇੱਥੇ ਆ ਗਿਆ ਗੁਰੂ ਸਾਹਿਬ ਨੇ ਸਪਸ਼ਟ ਕਹਿ ਕਹਿੰਦੇ ਆਉਣਗੇ ਉਹੀ ਸੱਦਾ ਸਭ ਨੂੰ ਦੇ ਦੀ ਭਾਈ ਜਿਹੜੇ ਤੇਰੇ ਜਠੇਰੇ ਸਿਆਣੇ ਹੋਣਗੇ ਉਹ ਗੁਰੂ ਨਾਨਕ ਦੇ ਘਰ ਆ ਜਾਣਗੇ ਜਿਹੜੇ ਖਾਣ ਪੀਣ ਦੇ ਯਾਰ ਨੇ ਤੇਰੇ ਵੀ ਯਾਰ ਨਹੀਂ ਆਖੋ ਸਤਨਾਮ ਭਾਈ ਸਿੰਘਾ ਉੱਪਰ ਬੜਾ ਖੁਸ਼ ਹੋ ਗਿਆ ਵੀ ਤੇ ਗੱਲ ਬਹੁਤ ਸੋਹਣੀ ਹੈ ਇਹ ਤੇ ਸੱਚੀ ਗੱਲ ਹੈ ਗੁਰੂ ਪਾਤਸ਼ਾਹ ਦੀ ਵੀ ਇਹ ਨਾ ਕਿਸੇ ਨੇ ਰੁੱਸਣਾ ਵੀ ਜਦੋਂ ਮਹਾਰਾਜ ਦਾ ਹੁਕਮ ਹੈ ਸਿੱਖ ਜੇ ਹੁਣ ਗੁਰੂ ਘਰ ਨਹੀਂ ਜਾਊ ਤੇ ਕਿੱਥੇ ਜਾਊਗੀ ਬੜਾ ਖੁਸ਼ ਹੋਇਆ ਕਹਿੰਦਾ ਸਤਿਗੁਰੂ ਤੁਸੀਂ ਮੈਨੂੰ ਇਸ ਦੁੱਖ ਦਾ ਵਿੱਚੋਂ ਕੱਢਿਆ ਏ ਇਨਕੋ ਦੁਖਦਾਇਕ ਤੂੰ ਜਾਣੈ ਜੋ ਤੇਰੇ ਸਭ ਵਿਘਨਨ ਥਨ ਕਹਿੰਦੇ ਜਿਨ੍ਹਾਂ ਨੂੰ ਤੂੰ ਦੁੱਖਦਾਈ ਜਾਣਦਾ ਅੰਦਰ ਉੱਤੇ ਤੁਹਾਨੂੰ ਵੀ ਪਤਾ ਹੁੰਦਾ ਸਾਨੂੰ ਵੀ ਪਤਾ ਹੁੰਦਾ ਵੀ ਸਾਡਾ ਫਲਾਣਾ ਰਿਸ਼ਤੇਦਾਰ ਹੈ ਜਿੱਦਣ ਉਹ ਆ ਗਿਆ ਤਾਲੀਆਂ ਤਾਂ ਉਹਨੇ ਖਾ ਪੀ ਕੇ ਚੁਗਲੀਆਂ ਹੀ ਹੁੰਦੀਆਂ ਕੋਈ ਸੌਣ ਪਿੱਛੇ ਲੜੀ ਜਾਂਦਾ ਮੈਨੂੰ ਇੱਥੇ ਨਹੀਂ ਪਾਇਆ ਉੱਥੇ ਪਾਤਾ ਮੈਨੂੰ ਨਾ ਹੁਣ ਤੌਲੀਆ ਨਹੀਂ ਮਿਲਿਆ ਮੈਨੂੰ ਫਲਾਣਾ ਨਹੀਂ ਮਿਲਿਆ ਮੈਨੂੰ ਗੱਡੀ 'ਤੇ ਛੱਡਿਆ ਨਹੀਂ ਕਿਸੇ ਨੇ ਮੈਨੂੰ ਤੇ ਬੱਚਿਆਂ ਨੇ ਬੁਲਾਇਆ ਨਹੀਂ ਇੰਟਰਟੇਨਮੈਂਟ ਹੀ ਚੱਲਦਾ ਇਹ ਤੋਂ ਬਾਅਦ ਤੇ ਹੁੰਦਾ ਹੀ ਨਹੀਂ ਕਿਸੇ ਨੂੰ ਕੋਈ ਮਤਲਬ ਹੈ ਵੀ ਭਾਈ ਫਲਾਣੇ ਰਿਸ਼ਤੇਦਾਰ ਦਾ ਬੱਚੇ ਦਾ ਵਿਆਹ ਹੈ ਅਸੀਂ ਸੁਖੀ ਸਾਹਿਬ ਦੇ ਸੁਖਮਨੀ ਸਾਹਿਬ ਦੇ ਪਾਠ ਕਰੀ ਵੀ ਬਾਅਦ ਘਰ ਦੇ ਚੜ੍ਹਦੀ ਗੱਲਾਂ ਜੀ ਮੈਨੂੰ ਅੱਜ ਤੱਕ ਨਹੀਂ ਕੋਈ ਲੱਭਿਆ ਜੀ ਕਿਸੇ ਦੇ ਵਿਆਹ 'ਚ ਕੋਈ ਪਾਠ ਕਰਦਾ ਹੋਵੇ ਕਿਸੇ ਨੇ ਖੁਸ਼ੀ 'ਚ ਸਹਿਜ ਪਾਠ ਰੱਖਿਆ ਹੋਵੇ ਵੀ ਮੇਰੇ ਛੋਟੇ ਭਰਾ ਦੀ ਧੀ ਦਾ ਵਿਆਹ ਮੈਂ ਸਹਿਜ ਪਾਠ ਰੱਖਦਾ ਜਾਂ ਮੈਂ ਕਰਾ ਲਾਂ ਜਾਂ ਅਰਦਾਸ ਕਰਾਵਾਂ ਪਾਤਸ਼ਾਹ ਘਰ ਦੇ ਕਾਰਜ ਰਾਸ ਹੋਣਾ ਸੁਖੀ ਸਾਹਿਬ ਹੈ ਕੋਈ ਇੱਦਾਂ ਦਾ ਨਾ ਨਹੀਂ ਕੋਈ ਵੀ ਨਹੀਂ ਸਪੈਸ਼ਲ ਕਾਰਡ ਤੇ ਲਿਖਾਉਣਾ ਪੈਂਦਾ ਪ੍ਰੀਤੀ ਹੋ ਡਿਨਰ ਦਾ ਸਮਾਂ ਫਲਾਣੇ ਸਮੇਂ ਮੈਂ ਕਹਿੰਦਾ ਜੇ ਵਿਆਹ 'ਚ ਨਾ ਕੋਈ ਆਇਆ ਤਾਂ ਰਿਸੈਪਸ਼ਨ ਕੈਂਸਲ ਕਰਦਾ ਕੋਈ ਸਭ ਨੂੰ ਪਤਾ ਹੈ ਵੀ ਚਾਹੇ 3600 ਬਿਮਾਰੀਆਂ ਲੱਗੀਆਂ ਹੋਣ ਇੱਥੇ ਨਾ ਕਿਤੇ ਪ੍ਰਵਾਹ ਕਰਿਆ ਕਰੋ ਤੁਹਾਨੂੰ ਬੜੇ ਮਿਲਦੇ ਮੈਨੂੰ ਸ਼ੂਗਰ ਹੈ ਜੀ ਮੈਨੂੰ ਬੀਪੀ ਹੈ ਜਿਹਨੂੰ ਵਿਆਹ ਫੜਿਆ ਕਰੋ ਜਾ ਕੇ ਰਿਸੈਪਸ਼ਨ 'ਤੇ ਫੜਿਆ ਕਰੋ ਇੱਕ ਅੱਧਾ ਪਨੀਰ ਪਾੜਦੇ ਜਾਂਦੇ ਆ ਉੱਧਰ ਕਿੱਥੇ ਹੁੰਦੀਆਂ ਬਿਮਾਰੀਆਂ
ਉਦਣ ਕਹਿੰਦੇ ਲੈ ਕਿਹੜਾ ਰੋਜ਼ ਭਤੀਜੇ ਦਾ ਵਿਆਹ ਹੋਣਾ ਚੱਕ ਦੋ ਹੱਟੇ ਤੇ ਜੇ ਇਹਨਾਂ ਨੂੰ ਪ੍ਰਸ਼ਾਦ ਦੇ ਦਿਓ ਬਾਬਾ ਜੀ ਥੋੜ੍ਹਾ ਜਿਹਾ ਸ਼ੂਗਰ ਹੈ ਵੀ ਗੁਰੂ ਘਰ ਆ ਕੇ ਤੈਨੂੰ ਸ਼ੂਗਰ ਗੁੜਕਦੀ ਫਿਰਦੀ ਹੈ ਉੱਥੇ ਤੂੰ ਛੱਡਦਾ ਕੁਛ ਨਹੀਂ ਥੋੜੇ ਡਰਾਮੇ ਬਹੁਤ ਕਰਦੇ ਭਾਵੇਂ ਚ ਬਹੁਤ ਦਿਖਾਵੇ ਤੇ ਬਹੁਤ ਆ ਉਹਦਾ ਕੀ ਮਤਲਬ ਹੈ ਅਸੀਂ ਨਹੀਂ ਖਾਵਾਂਗੇ ਸਾਨੂੰ ਘੁੰਮਣਾ ਆਉਂਦਾ ਵੀ ਥੋੜ੍ਹਾ ਜਿਹਾ ਖਾ ਲੈਣਾ ਰਿਕੁਐਸਟ ਹੈ ਭਾਜੀ ਲੈ ਲਓ ਥੋੜ੍ਹਾ ਜਿਹਾ ਘਰ ਨਾ ਆਪਣੀ ਤਰੀਫ ਕਰਾਉਣੀ ਹੈ ਪਰ ਗੁਰੂ ਸਾਹਿਬ ਨੇ ਸਪਸ਼ਟ ਕਹਿਤਾ ਕਹਿੰਦੇ ਤੇਰੇ ਵਿਘਨਾਂ ਦੇ ਵਾਲੇ ਮਿੱਤਰ ਨਹੀਂ ਆਉਣਗੇ ਵਿਘਨ ਵਾਲੇ ਮਤਲਬ ਦੁੱਖ ਦਾ ਨਹੀਂ ਜਿਹੜੇ ਆਏ ਸੀ ਖਾਣ ਪੀਣ ਦੇ ਚੱਕਰ 'ਚ ਉੱਥੇ ਬੰਦਾ ਫਿਰੀ ਜਾਂਦਾ ਵੀ ਹਾਂ ਭਾਈ ਤੂੰ ਖਾ ਲਿਆ ਕਿਵੇਂ ਆ ਤੂੰ ਹੋਰ ਤਾਂ ਨਹੀਂ ਹੋ ਰਿਹਾ ਅੱਧ ਤੋਂ ਵੱਧ ਲੋਕਾਂ ਦਾ ਸਮਾਂ ਪੈਦਲ 'ਚ ਇਸੇ ਕੰਮ 'ਚ ਲੰਘਦਾ ਵੀ ਫਲਾਣਾ ਦਾ ਨਹੀਂ ਰੁੱਸ ਗਿਆ ਭੈਣ ਜੀ ਤੁਸੀਂ ਆਏ ਭਾਜੀ ਨਹੀਂ ਆਏ ਅੱਧੇ ਦੇ ਵਿਚਾਰੇ ਬਸ ਆ ਪੈਰਾਮੀਟਰ 'ਚ ਕੀ ਕਰੀ ਜਾਂਦੇ ਵੀ ਕੌਣ ਆ ਗਿਆ ਕੌਣ ਰਹਿ ਗਿਆ ਆਹਾ ਪਰ ਮਹਾਰਾਜ ਨੇ ਸਪਸ਼ਟ ਕਹਿਤਾ ਕਹਿੰਦੇ ਵਿਘਨ ਪਾਉਣ ਵਾਲੇ ਸ਼ਰਾਬਾਂ ਪੀਣ ਵਾਲੇ ਮਾਸ ਖਾਣ ਵਾਲੇ ਭਾਈ ਪਹਿਲੀ ਗੱਲ ਉਹਨਾਂ ਗੁਰੂ ਘਰ ਆਉਣਾ ਹੀ ਤੇ ਜੇ ਆਉਣਗੇ ਮਾੜਾ ਕਰਮ ਨਹੀਂ ਕਰਨਗੇ ਸਰਬੇ ਔਰ ਤੇ ਹੋਏ ਰਖਵਾਰੇ ਸਭ ਸੁੱਖ ਦੇ ਨਾ ਕਾਜ ਬਿਗਾਰੇ ਭਾਈ ਤੇਰਾ ਕਿਸੇ ਨੇ ਕੰਮ ਖਰਾਬ ਹੀ ਨਹੀਂ ਕਰਨਾ ਕਿਸੇ ਨੇ ਨਹੀਂ ਕਰਨਾ ਕੰਮ ਖਰਾਬ ਤੇਰਾ ਸੁਖੀ ਸਾਂਦੀ ਕਾਜ ਹੋਊਗਾ ਪੁੱਤਰ ਦੀ ਦਸਤਾਰ ਹੁੰਦੀ ਹੈ ਅੱਗੇ ਨਾ ਲੜਾਈਆਂ ਝਗੜੇ ਜ਼ਿਆਦਾ ਹੁੰਦੇ ਸੀ ਜਦੋਂ ਅੱਜ ਮੀਡੀਆ ਕਰਕੇ ਪਤਾ ਲੱਗ ਜਾਂਦਾ ਫਲਾਣੇ ਪੈਲਸ ਗੋਲੀ ਚੱਲ ਗਈ ਫਲਾਣੇ ਨੇ ਬਰਾਤ ਪੁਲਿਸ ਚੱਕ ਕੇ ਲੈ ਗਈ ਅੱਜ ਕੱਲ੍ਹ ਦਾ ਵੀ ਤਾਂ ਬੜਾ ਹੁੰਦਾ ਆਏ ਸੀ ਬਰਾਤ ਵਾਲੇ ਗੱਡੀ ਪਿੱਛੇ ਰੌਲਾ ਪੈ ਗਿਆ ਪਤਾ ਲੱਗੇ ਵੀ ਫਲਾਣਾ ਫਲਾਣੀ ਬੈਠਿਆ ਚਲੋ ਹੁਣ ਮੀਡੀਆ ਕਰਕੇ ਪਤਾ ਲੱਗ ਜਾਂਦਾ ਅੱਗੇ ਲੋਕਾਂ 'ਚ ਲੜਾਈਆਂ ਬਹੁਤ ਸੀਗੀਆਂ ਕਈ ਕਈ ਦਿਨ ਬਰਾਤਾਂ 'ਤੇ ਜਾਣਾ ਕਿਸੇ ਦੀ ਖੁਸ਼ੀ 'ਚ ਜਾਣਾ ਉੱਥੇ ਸ਼ਰਾਬ ਪੀ ਕੇ ਇੱਕ ਦੂਜੇ ਨੂੰ ਵੱਧ ਘੱਟ ਬੋਲਦੇ ਅਗਲਾ ਗਾਟਾ ਲਾਉਂਦਾ ਸੀ ਬਹੁਤ ਸੀ ਪਹਿਲਾਂ ਸਤਿਗੁਰਾਂ ਨੇ ਇਹਨੂੰ ਵਰਜਿਆ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੇ ਇਸ ਰਵਾਇਤ ਨੂੰ ਪ੍ਰੋਪਰ ਠੱਲ ਪਾਈ ਸਤੀ ਪ੍ਰਥਾ ਬੰਦ ਮਰਨ ਤੇ ਕੀਤੀ ਦਾਜ ਦੀ ਪ੍ਰਥਾ ਗੁਰੂ ਅਮਰਦਾਸ ਪਾਤਸ਼ਾਹ ਨੇ ਬੰਦ ਕੀਤੀ ਇਹ ਸਾਰਾ ਕਦੇ ਰੱਬ ਦੀ ਗੱਲ ਨਹੀਂ ਗੁਰੂ ਪਾਤਸ਼ਾਹ ਨੇ ਸਵਾਲ ਨੂੰ ਵੀ ਸੋਹਣ ਸਮਝਿਆ ਅੱਜ ਭਾਈ ਸੀਹੇ ਉੱਪਰ ਨੂੰ ਮਰਦ ਨੇ ਕਿਹਾ ਕਹਿੰਦੇ ਤੂੰ ਚਿੰਤਾ ਤੁਰਿਆ ਫਿਰਦੇ ਪਹਿਲਾਂ ਪਾਪ ਕਰੇਗਾ ਫਿਰ ਸੋਚੇਗਾ ਫਲਾਣਾ ਰੁੱਸ ਗਿਆ ਫਲਾਣਾ ਲੜ ਪਿਆ ਚਿੰਤਾ ਨਾ ਕਰ ਗੁਰੂ ਨਾਨਕ ਦੇ ਘਰ ਆਓਗੇ ਇੱਥੇ ਕੀ ਨਾਨਕ ਕਹਿ ਘਰ ਕੇਵਲ ਨਾਮ ਇੱਥੇ ਬੰਦਗੀ ਤੇ ਭਗਤੀ ਦੀ ਗੱਲ ਹੋਊ ਇੱਥੇ ਨਾਮ ਜਪਣ ਦੀ ਗੱਲ ਹੋਊਗੀ ਬੜਾ ਖੁਸ਼ ਹੋ ਗਿਆ ਵੀ ਇਹ ਤੇ ਬਹੁਤ ਵੱਡੀ ਗੱਲ ਹੈ ਗੁਰੂ ਸਾਹਿਬ ਨੇ ਆਪ ਹੀ ਹੈ ਸਭ ਤੋਂ ਵੱਡੀ ਗੱਲ ਤੇ ਹੈ ਵੀ ਸਾਧੂ ਆਪ ਸਦਾ ਦਿੰਦੇ ਨੇ ਅੱਜ ਸਗਰੇ ਅਬਦੀ ਜੈ ਸ਼ੋਰ ਨਰਕ ਨਿਹਾਰਨ ਦੁੱਖ ਘੋਰ ਕਹਿੰਦੇ ਵਾਹਿਗੁਰੂ ਕਹਿ ਕਹਿ ਕੇ ਇੱਕ ਬੱਕਰਾ ਛੱਡ ਦੇ ਪਰ ਗਮ ਨਾ ਰੱਖੀ ਵੀ ਪੈਸੇ ਲਾਏ ਸੀ ਛੱਡਣੇ ਪੈ ਗਏ ਆਖੋ ਸਤਨਾਮ ਇਹਦਾ ਨਹੀਂ ਪਾਤਸ਼ਾਹ ਖੁਸ਼ੀ ਬਹੁਤ ਹੈ ਪਾਪ ਦੇ ਸਦਾ ਨਾ ਸਾਹਮਣੇ ਹੁਣ ਤੇ ਗੁਰੂ ਨੇ ਵੀ ਹਾਂ ਵੀ ਭਰਤੀ ਵੀ ਭਾਈ ਭੁਗਤਣਾ ਹੀ ਪੈਣਾ ਹੈ ਗੁਰਬਾਣੀ ਨੇ ਹਰ ਕਦਮ ਕਦਮ ਤੇ ਸਾਨੂੰ ਸਮਝਾਇਆ ਬੰਦਿਆ ਉਹ ਕੰਮ ਨਾ ਕਰ ਜੋ ਤੂੰ ਆਪਣੇ ਸਰੀਰ ਤੇ ਨਹੀਂ ਭੋਗ ਸਕਦਾ ਜੋ ਤੂੰ ਆਪਣੇ ਨਾਲ ਹੋਣਾ ਵੀ ਨਾ ਚਾਹੁੰਦਾ ਕਿਸੇ ਨਾਲ ਵੀ ਨਾ ਕਰ ਮਰਦ ਦਾ ਬਚਨ ਮੰਨ ਕੇ ਭਾਈ ਸਿੰਘਾਂ ਉੱਪਰ ਇੱਕ ਇੱਕ ਬੱਕਰਾ ਖੁੱਲਾ ਛੱਡਿਆ ਰਸਨਾ ਤੋਂ ਵਾਹਿਗੁਰੂ ਵਾਹਿਗੁਰੂ ਕਹਿੰਦੇ ਕਹਿੰਦੇ ਉਹ ਜੀਵ ਵਿਚਾਰੇ ਨਰਜੀਵ ਨੇ ਜਿਹੜੇ ਬੋਲ ਹੀ ਨਹੀਂ ਸਕਦੇ ਆ ਬੋਲ ਲਏ ਜਦੋਂ ਨਿਕਲਦੇ ਆ ਨਾ ਗ੍ਰਿਫਤ ਵਿੱਚੋਂ ਮਿਆਖਦੇ ਫਿਰਦੇ ਆ ਖੁਸ਼ੀ ਵਿੱਚ ਦੌੜਦੇ ਹਨ ਬਚਨ ਧਰ ਸ਼ਰਦਾ ਮਾਨੇ ਹੱਥ ਜੋਰ ਆਪਣੋ ਹਿੱਤ ਜਾਣੇ ਸ਼ਰਦਾ ਦੇ ਨਾਲ ਬਚਨ ਸਤਿਗੁਰਾਂ ਦਾ ਮੰਨ ਕੇ ਸਾਰੇ ਬੱਕਰੇ ਖੋਲਦੇ ਪਰ ਕੱਲੇ ਬੱਕਰੇ ਨਹੀਂ ਛੱਡੇ ਮਨ ਦਾ ਭਰਮ ਵੀ ਨਾਲ ਹੀ ਛੱਡ ਦਿੱਤਾ ਆਖੋ ਸਤਨਾਮ ਵੀ ਗੁਰੂ ਸਹਾਈ ਹੈ ਸਾਧੂ ਆਪ ਮਨ ਨੇ ਮੰਨ ਲਿਆ ਗੁਰੂ ਮੇਰਾ ਸੰਗ ਸਵਾ ਹੈ ਨਾਲੇ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਨਾਲ ਨੇ ਸੋਹਣੇ ਕਾਰਜ ਗੁਰੂ ਆਪ ਖੜ ਰਹੇ ਆ ਆਪਾਂ ਅਰਦਾਸ ਗੁਰੂ ਕੀ ਕਰਦੇ ਆ ਨਾ ਵੀ ਪਾਤਸ਼ਾਹ ਆਪ ਕਿਰਪਾ ਕਰਿਓ ਫਿਰ ਕਰਦੇ ਆ ਕਿਰਪਾ ਸੰਤਾਂ ਦੇ ਕਾਰਜ ਆਪ ਹਰ ਕੰਮ ਕਰਾਵਣ ਆਇਆ ਰਾਮ ਗੁਰੂ ਅੰਗਦ ਦੇ ਮਰਦ ਜਿਸ ਕਾਰਜ ਵਿੱਚ ਖੜ ਜਾਣ ਉਹ ਰੱਬ ਆਪ ਖੜਦੇ ਉਹ ਸਦਾ ਸਫਲਾ ਹੀ ਹੁੰਦਾ ਏ ਅੱਜ ਖਲਾਸ ਤਿਸ ਛਿੰਨ ਸਭ ਕੀਨੇ ਗੁਰ ਕੇ ਚਰਨ ਕਮਲ ਮਨ ਲੀਨੇ ਕੱਲਾ ਕੱਲਾ ਬੱਕਰਾ ਛੱਡ ਕੇ ਸਤਿਗੁਰਾਂ ਦੇ ਚਰਨਾਂ ਤੇ ਮੱਥਾ ਟੇਕਿਆ ਹੁਣ ਖੁਸ਼ ਮਰਦ ਕਹਿੰਦੇ ਕਿਵੇਂ ਆ ਕਹਿੰਦਾ ਸਤਿਗੁਰੂ ਜੀ ਏਦਾਂ ਲੱਗਦਾ ਜਿਵੇਂ ਲੱਖਾਂ ਜਨਮਾਂ ਦਾ ਭਾਰ ਸਿਰ ਤੋਂ ਲਹਿ ਗਿਆ ਹੋਵੇ
ਅੰਦਰੋਂ ਤੇ ਮੇਰਾ ਮਨ ਝੁਰਦਾ ਹੀ ਰਹਿਣਾ ਸੀ ਨਾ ਇਹ ਪਾਪ ਤੋਂ ਬਾਅਦ ਜਦੋਂ ਖਾ ਪੀ ਕੇ ਤੁਰ ਪੈਣਾ ਸੀ ਸਾਰੇ ਹੱਡੀਆਂ ਦਾ ਲੱਗ ਜਾਣਾ ਸੀ ਢੇਰ ਵੀ ਇਹਨਾਂ ਵਿਚਾਰਿਆਂ ਜੀਵਾਂ ਦਾ ਕੀ ਕਸੂਰ ਸੀ ਖੁਸ਼ੀ ਸਾਡੀ ਸੀ ਵੱਡੇ ਆ ਗਏ ਪਰਿਵਾਰ ਇਹਨਾਂ ਦੇ ਗੱਲ ਨੂੰ ਬੰਦ ਕਹਿੰਦੇ ਜਾਓ ਭਾਈ ਪਰਿਵਾਰ ਨੂੰ ਸਦਾ ਦਿਓ ਸਭ ਨੂੰ ਲੈ ਕੇ ਆਵੋ ਜਾਏ ਸਦਨ ਸਭ ਜੇ ਤੱਕ ਤਿਆਰੇ ਆਨਤ ਭਗੁਰ ਕੀਰ ਅਗਾਰੇ ਭਾਈ ਤੁਰਿਆ ਜਾ ਰਿਹਾ ਸੀਹਾਂ ਉੱਪਰ ਨਾਲ ਦੇ ਪਤਾ ਕੀ ਕਹਿੰਦੇ ਥੋੜੀ ਦੂਰ ਤੇ ਜਾ ਕੇ ਕਹਿੰਦੇ ਤੂੰ ਗੁਰੂ ਦੀ ਮੰਨ ਕੇ ਕਰਤੇ ਆਇਆ ਹੁਣ ਤੇਰੇ ਨਾਲ ਜੋ ਘਰੇ ਹੋ ਜਵਾਬ ਤੂੰ ਹੀ ਦਈਆਂ ਖੋ ਸਭ ਨਾਮ ਸਿੱਖ ਨਹੀਂ ਡੋਲਿਆ ਕਹਿੰਦਾ ਜਵਾਬ ਮੇਰੇ ਸਤਿਗੁਰੂ ਨੇ ਮੇਰਾ ਗੁਰੂ ਸੁਣਾ ਭਾਈ ਸਿੰਘਾਂ ਉੱਪਰ ਘਰੇ ਆਇਆ ਉਹ ਜਿਹੜੇ ਹੁਣ ਖਾਣ ਪੀਣ ਵਾਲੇ ਹੁੰਦੇ ਉਹ ਵੇਖਦੇ ਆ ਵੀ ਬੱਕਰੇ ਪਿੱਛੇ ਆਉਂਦੇ ਹੋਣਗੇ ਉਹਦੇ ਕਈ ਦਿਨਾਂ ਤੋਂ ਭੁੱਖ ਰੱਖੀ ਬੈਠੇ ਪੁੱਛਣ ਲੱਗੇ ਕਹਿੰਦੇ ਮੰਡੀ 'ਚ ਮਿਲਿਆ ਨਹੀਂ ਕੁਛ ਕਹਿੰਦਾ ਮਿਲੇ ਸੀ ਮੰਡੀ ਵਿੱਚ ਰਾਧੂ ਸੀ ਸਤਿਗੁਰੂ ਮਿਲੇ ਸੀ ਜਦੋਂ ਗੁਰੂ ਅੰਗਦ ਦੇ ਪਾਤਸ਼ਾਹ ਦਾ ਨਾਮ ਸੁਣਿਆ ਸਾਰੇ ਡਰ ਗਏ ਫਿਰ ਉੱਚੀ ਆਵਾਜ਼ ਵਿੱਚ ਕਹਿਣ ਲੱਗਿਆ ਸਤਿਗੁਰੂ ਐਡੇ ਸਮਰੱਥ ਐਡੇ ਦਇਆਵਾਨ ਮੇਰੇ ਜਿਹੇ ਅਪਰਾਧੀ ਤੇ ਤਰਸ ਕੀਤਾ ਤੇ ਗੁਰੂ ਦਾ ਹੁਕਮ ਹੈ ਭਾਈ ਕੱਲ ਸਵੇਰ ਹੁੰਦਿਆਂ ਦਿਨ ਚੜ੍ਹਦਿਆਂ ਪੁੱਤਰ ਦੀ ਦਸਤਾਰ ਬੰਦੀ ਸਤਿਗੁਰਾਂ ਦੇ ਦਰਬਾਰ 'ਚ ਹੋਣੀ ਆਖੋ ਸਭ ਨਾਮ ਜਾਦੇ ਬਚਨ ਆਖਿਆ ਉਹ ਜਿੰਨੇ ਸ਼ਰਾਬੀ ਤੁਰੇ ਫਿਰਦੇ ਸੀ ਜਿੰਨੇ ਹੋਰ ਖਾਣ ਪੀਣ ਵਾਲੇ ਪਤਾ ਨਹੀਂ ਐਸਾ ਗੁਰੂ ਵਰਤਿਆ ਉਹ ਕਹਿੰਦੇ ਤੇ ਬਹੁਤ ਚੰਗੀ ਖਬਰ ਹੈ ਜੇ ਕਾਰਜ ਗੁਰੂ ਘਰ ਹੋਵੇ ਹੋਰ ਕੀ ਚਾਹੀਦਾ ਇਹਨੂੰ ਕਹਿੰਦੇ ਸਤਿਗੁਰ ਦਾ ਵਰਤਣਾ ਤੇ ਜਦੋਂ ਗੁਰੂ ਵਰਤਦੇ ਆ ਨਾ ਜੀ ਫਿਰ ਸਾਰੇ ਕਾਰਜ ਗੁਰੂ ਆਪ ਰਸ ਕਰਦੇ ਆ ਸਿੱਖਾਂ ਦੇ ਕਾਰਜਾਂ 'ਚ ਹਰ ਇੱਕ ਦੇ ਕਾਰਜ 'ਚ ਪਰਮਾਤਮਾ ਜੀ ਜਦੋਂ ਆਪ ਵਰਤ ਜਾਣ ਨਾ ਜੀ ਫਿਰ ਜਿਹਨਾਂ ਦੇ ਮੂੰਹ ਵਿੰਗੇ ਹੋਏ ਉਹ ਵੀ ਸਿੱਧੇ ਹੋ ਜਾਂਦੇ ਆ ਜਿਨ੍ਹਾਂ ਨੇ ਪੂਛਾਂ ਨੂੰ ਗੰਢਾਂ ਦਿੱਤੀਆਂ ਹੁੰਦੀਆਂ ਵੀ ਅਸੀਂ ਤਾਂ ਬੁਰਾਈ ਕਰਨਾ ਹੈ ਉਹ ਵੀ ਭਲਾ ਕਰਨ ਲੱਗ ਪੈਂਦੇ ਆ ਕਿਉਂਕਿ ਸਤਿਗੁਰ ਦਾ ਵਰਤਾਰਾ ਹੈ ਸੱਚੇ ਪਾਤਸ਼ਾਹ ਆਪ ਵਰਤਦੇ ਆ ਭਾਈ ਸਿੰਘੇ ਉੱਪਰ ਨੂੰ ਆਸ ਨਹੀਂ ਸੀ ਵੀ ਘਰੇ ਕੋਈ ਮੰਨੂਗਾ ਸਾਰੇ ਖੁਸ਼ ਹੋ ਗਏ ਕਹਿੰਦੇ ਤੇ ਬਹੁਤ ਵੱਡੀ ਗੱਲ ਹੈ ਸਤਿਗੁਰਾਂ ਨੇ ਜੇ ਸਾਨੂੰ ਆਪ ਸਦਾ ਦਿੱਤਾ ਹੈ ਸ਼ੁਭ ਕਾਰਜ ਸ਼ੁਭ ਮਹੂਰਤ ਗੁਰੂ ਦੁਆਰੇ ਹੋਵੇਗਾ ਆਪਣੇ ਬੰਦੋ ਤਹਾਂ ਹਕਾਰੇ ਬੋਹਰ ਪੁੱਤਰ ਕੋ ਸ੍ਰੀ ਗੁਰਦੁਆਰੇ ਉਹਨੇ ਇੱਕੋ ਹੀ ਆਵਾਜ਼ ਚ ਕਿਹਾ ਭਾਈ ਜਿਹਨਾਂ ਨੇ ਆਉਣਾ ਆ ਜਾਇਓ ਕਿਸੇ ਨੂੰ ਮਨਾਇਆ ਨਹੀਂ ਵੀ ਤੁਸੀਂ ਨਾਲ ਹੀ ਜਾਣਾ ਜੀ ਤੁਸੀਂ ਜ਼ਰੂਰ ਆਇਓ ਜੀ ਇੰਨਾ ਵਚਨ ਕਹਿ ਕੇ ਸਵੇਰ ਹੁੰਦੇ ਆ ਆਪਣੇ ਪੁੱਤਰ ਨੂੰ ਨਾਲ ਲੈ ਕੇ ਸਿੰਘਾਂ ਉੱਪਰ ਖੜੂਰ ਸਾਹਿਬ ਜਾਂਦੇ ਆ ਉਹ ਜਿੰਨੇ ਅੱਗੋਂ ਪਿੱਛੋਂ ਗੱਲਾਂ ਜੀਆਂ ਕਰਦੇ ਸੀ ਸਾਰੇ ਬੰਦੇ ਬਣ ਕੇ ਨਾਲ ਤੁਰ ਪਏ ਆਖੋ ਸਭ ਨਾਮ ਜਦੋਂ ਰੱਬ ਵਰਤਦਾ ਹੁੰਦਾ ਨਾ ਜੀ ਫਿਰ ਖੇਡਾਂ ਨਹੀਂ ਵਰਤਦੀ ਗੁਰੂ ਸਾਹਿਬ ਸਤਿਗੁਰਾਂ ਦੇ ਦਰਬਾਰ ਵਿੱਚ ਸੰਗਤਾਂ ਦੀ ਭੀੜ ਹੋ ਗਈ ਭਾਈ ਸੀਹਾ ਜੀ ਆਪਣੇ ਪੁੱਤਰ ਨੂੰ ਪਤਨੀ ਨੂੰ ਲੈ ਕੇ ਮੱਝ ਦੇ ਚਰਨਾਂ 'ਚ ਮੱਥਾ ਟੇਕਿਆ ਦੀਪ ਦੁਨੀਆ ਦੇ ਪਾਤਸ਼ਾਹ ਸਿੰਘਾਸਣ ਤੋਂ ਉੱਠ ਪਏ ਸਤਿਗੁਰੂ ਕਹਿੰਦੇ ਬਾਬਾ ਬੁੱਢਾ ਜੀ ਕਹਿੰਦੇ ਗੁਰਮੁਖਾ ਪੱਗ ਲੈ ਕੇ ਆਓ ਦਸਤਾਰ ਲੈ ਕੇ ਆਓ ਲੈ ਕੇ ਆਏ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੇ ਆਪਣੇ ਸੋਹਣੇ ਘਰ ਕਮਲਾਂ ਦੇ ਨਾਲ ਸੀਹੇ ਉੱਪਰ ਤੇ ਪੁੱਤਰ ਦੇ ਸੀਸ ਉੱਤੇ ਅੱਜ ਦਸਤਾਰ ਬੰਦੀ ਆਪ ਕੀਤੀ ਆਖੋ ਸਭ ਨਾਮ ਕਿੰਨੇ ਵੱਡੇ ਭਾਵ ਉਸ ਬੱਚੇ ਦੇ ਹੋਣਗੇ ਤੇ ਕਿੰਨੇ ਵੱਡੇ ਕਰਮ ਉਸ ਪਿਤਾ ਦੇ ਹੋਣਗੇ ਜਿਹਦੇ ਪੁੱਤਰ ਨੂੰ ਰੱਬ ਜੀ ਆਪ ਪਗੜੀ ਪਹਿਨਾ ਰਹੇ ਆਪ ਦਸਤਾਰ ਬੰਦੀ ਕਰ ਰਹੇ ਤੇ ਸਤਿਗੁਰਾਂ ਦਾ ਹੁਕਮ ਐਸਾ ਸੀ ਸਿੱਖਾਂ ਨੂੰ 36 ਪ੍ਰਕਾਰ ਦੇ ਭੋਜਨ ਗੁਰੂ ਘਰ 'ਚ ਬਣੇ ਗੁਰੂ ਘਰ ਨੂੰ ਮੱਝ ਬਣ ਇਹ ਕਿਸੇ ਨੂੰ ਨਹੀਂ ਸੀ ਜਦੋਂ ਦਸਤਾਰਬੰਦੀ ਪਾਤਸ਼ਾਹ ਨੇ ਕੀਤੀ ਨਾ ਲੰਗਰ ਚੱਲਿਆ ਉੱਥੇ ਕਵੀ ਲਿਖਦੇ ਕਹਿੰਦੇ ਹਰ ਪ੍ਰਕਾਰ ਦਾ ਉਹ ਪਦਾਰਥ ਖੱਟਾ ਮਿੱਠਾ ਨਮਕੀਨ ਮਸਾਲਿਆਂ ਵਾਲਾ ਪੂਰੀਆਂ ਕਿਤੇ ਆਪ ਜੋ ਕੁਝ ਵੀ ਬਣਦਾ ਹੈ ਜੀ ਕਹਿੰਦੇ ਉਹ ਚੰਗਾ ਪ੍ਰਕਾਰ ਦਾ ਭੋਜਨ 36 ਪ੍ਰਕਾਰ ਦਾ ਇੱਥੇ ਬਣਿਆ ਸੀ ਅਤੇ ਹੁਣ ਜਿਹੜਾ ਜਿਹੜਾ ਛੱਕਦਾ ਵਾਹਿਗੁਰੂ ਕਹਿ ਕੇ ਉਹ ਇਹ ਕਹਿੰਦੇ ਆ ਕਹਿੰਦੇ ਆਪਾਂ ਤੇ ਤੂੰ ਨਹੀਂ ਕਰਦੇ ਸੀ ਆਖ ਸਤਨਾਮ ਇਹਦੇ ਕਾਰਜ ਗੁਰੂ ਸਾਹਿਬ ਨੇ ਕੀਤਾ ਤੇ ਸਿੰਹਾਂ ਉੱਪਰ ਲਿਆ ਆਪਣੇ ਪੁੱਤਰ ਨੂੰ ਅੱਜ ਸਤਿਗੁਰਾਂ ਦੇ ਚਰਨਾਂ ਦਾ ਅੰਮ੍ਰਿਤ ਦਵਾਇਆ ਜਿੱਥੇ ਦਸਤਾਰਬੰਦੀ ਹੋਈ ਉੱਥੇ ਭਾਈ ਸਿੰਹਾਂ ਜੀ ਦਾ ਪੁੱਤਰ ਵੀ ਗੁਰੂ ਨਾਨਕ ਦੇ ਘਰ ਦਾ ਪ੍ਰਪੱਕ ਸਿੱਖ ਬਣਿਆ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਜੀਵਨ ਲਾ ਦਿੱਤਾ ਖੋ ਸਤਨਾਮ ਗੁਰੂ ਆਪਣੇ ਸੇਵਕ ਕੀ ਆਪੇ ਰੱਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੀ ਤਾਂ ਤਾਂ ਗੁਰੂ ਆਪਣੇ ਸੇਵਕ ਦੇ ਨੇੜੇ ਹੋ ਕੇ ਆਉਂਦੇ ਆ ਗੱਲ ਹੈ ਉਸੇ ਗੱਲ ਹੈ ਵਿਸ਼ਵਾਸ ਦੀ
जे सिख भरोसा करन तो बाद डोड़ जांदा भी बकरे बड़े महंगे लियांदे सी इह आपां किहड़े झंझट च पै गए होड़े राह आ जांदे उत्थों बच जांदा पर धर्मराज दी कचहरी च नहीं सी बचना। गुरु ने आप अगे होके भाई सीहे तो जाने अणजाने होए अपराध नूं आप ठलताई आप बख्शिश कीती ते सारा परिवार ते जिन्ने शरीक आए होए सी ना सतगुरां दे दर दा अमृत लैके चरणामृत सारे होर सिद्ध बन गए आखो सतनाम इह तो वड्डी वडियाई होर की हो सकदी बोले सो निहाल सत श्री अकाल इस तो वड्डी होर महिमा की हो सकदी है कि एक जुड़िया सी सारे जुड़दे जुड़िया होया जुड़े दा संग करिए ते सारिआं ते कृपा हो जांदी एक मनमुख एक टुटे मनुख दे कोल बह जाइए जी ओह तुहाडे पुन्नां नूं रोड़ दिंदा है तुहाडे शुभ कर्मां नूं मिट्टी कर दिंदा है पर एक पापी एक चंगे गुरमुख की संगत कर ले वो सारे टुटिआं नूं नाल जोड़ दिंदा है। भाई सीहा जी एक बहाना सी उन्हां दे बहाने उन्हां दा पुत्र उन्हां दा शरीका उन्हां दा परिवार दीन दयाल भरोसे तेरे सब परिवार चढ़ाया वेड़े ऐसी कृपा सतगुरां ने कीती मन साडे ते वी करन ਆਪਾਂ ਵੀ ਗੁਰਮਤ ਨਾਲ ਗੁਰਸਿੱਖੀ ਨਾਲ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸੋਹਣਾ ਬਣਾਈਏ ਜਿਵੇਂ ਜਿਵੇਂ ਅੱਗੇ ਕਿਰਪਾ ਕਰੋਗੇ ਪਾਤਸ਼ਾਹ ਗੁਰੂ ਅੰਗਦ ਦੇਵ ਜੀ ਅਗਲੇ ਪ੍ਰਸੰਗਾਂ ਦੀ ਆਰੰਭ ਕਰਕੇ ਦੀਵਾਨਾਂ ਚ ਸਰਵਣ ਕਰਾਂਗੇ। ਵਾਹਿਗੁਰੂ ਵਾਹਿਗੁਰੂ।